ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਪਾਵਨ ਦਰਬਾਰ ਵੀ ਸੁਸ਼ੋਭਿਤ ਹੋ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੌਵਰ ਛਤਰ ਤਖ ਦੇ ਮਾਲਕ ਗਰੀਬ ਨਵਾਜ਼ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੋ ਵੈ ਸਿਵਤ ਖਸਮ ਦੇ ਨੂਰ ਅਰਸੋਂ ਗੁਰਸੋਂ ਚੱਟੀ ਹੈ ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਅਥਵਾ ਦੂਰ ਦੁਰਾਡੇ ਬੈਠੀਆਂ ਹੋਈਆਂ ਸੰਗਤਾਂ ਜੋ ਇੱਥੇ ਦਾ ਦ੍ਰਿਸ਼ ਵੀ ਦੇਖ ਰਹੀ ਹੈ ਔਰ ਇੱਥੇ ਦੀ ਆਵਾਜ਼ ਵੀ ਸੁਣ ਰਹੀ ਹੈ ਲੱਖਾਂ ਸਰੋਤੇ ਗੁਰੂ ਕੇ ਪ੍ਰੇਮ ਵਾਲੇ ਨਿੱਤ ਆਪ ਜੀ ਆਨੰਦ ਮਾਣਦੇ ਹੋ ਆਓ ਮਨ ਬਿਰਤੀਆਂ ਇਕਾਗਰ ਕਰੋ ਪਹਿਲਾਂ ਚੱਲ ਰਹੀ ਲੜੀਵਾਰ ਕਥਾ ਜਿਹੜੀ ਹੈ ਅਤੇ ਉਹ ਜੀ ਥੋੜ੍ਹੀ ਜਿਹੀ ਹਾਜ਼ਰੀ ਭਰ ਲਈਏ ਤਾਂ ਕਿ ਜੋ ਲੜੀਵਾਰ ਕਥਾ ਦਾ ਨਿਯਮ ਹੈ ਉਹ ਪੂਰਾ ਹੋ ਸਕੇ ਅਤੇ ਬਾਅਦ ਦੇ ਵਿੱਚ ਜਿਸ ਮਹਾਨ ਭਗਤ ਦਾ ਦਿਹਾੜਾ ਅੱਜ ਮਨਾ ਰਹੇ ਹਾਂ ਅਤੇ ਉਸ ਦੇ ਬਾਰੇ ਕੁਝ ਵਿਚਾਰਾਂ ਸਵੇਰੇ ਵੀ ਆਪ ਜੀ ਨੇ ਕਥਾ ਦੇ ਵਿੱਚ ਜਿਹੜੇ ਹਾਜ਼ਰ ਸਨ ਗੁਰਮੁਖ ਸੁਣੀਆਂ ਭਾਈ ਦਰਸ਼ਨ ਸਿੰਘ ਜੀ ਦੇ ਕੋਲੋਂ
ਕਿਉਂਕਿ ਅੰਮ੍ਰਿਤ ਵੇਲੇ ਦੀ ਕਥਾ ਦੀ ਹਾਜ਼ਰੀ ਭਾਈ ਦਰਸ਼ਨ ਸਿੰਘ ਜੀ ਭਰਦੇ ਹੈ, ਸ਼ਾਮ ਦੇ ਵਕਤ ਕਥਾ ਦਾ ਪਾਠ ਬੋਲਣ ਦੀ ਸੇਵਾ ਵੀ ਨਿਭਾਉਂਦੇ ਹੈ। ਗੁਰੂ ਕਿਰਪਾ ਕਰੇ, ਪਿੱਛੇ ਆਪ ਜੀ ਨੇ ਦਸੇ ਗੁਰੂ ਸਾਹਿਬਾਨਾਂ ਦਾ ਸੰਖੇਪ ਤੋਂ ਸੰਖੇਪ ਜੀਵਨ ਜਿਹੜਾ ਹੈ, ਜਿਹਦੇ ਵਿੱਚ ਕੀ ਨਾਮ ਸੀ ਗੁਰੂ ਸਾਹਿਬ ਦਾ, ਕਿਸ ਮਾਤਾ ਪਿਤਾ ਦੇ ਔਰ ਕਿਸ ਘਰ ਦੇ ਵਿੱਚ, ਕਿਸ ਵੰਸ਼ ਵਿੱਚ ਸਰੀਰ ਧਾਰਨ ਕੀਤਾ, ਕਿੰਨੀ ਦੇਰ ਤੱਕ ਗੁਰਤਾ ਗੱਦੀ ਕੀਤੀ, ਔਰ ਫਿਰ ਕਿਸ ਤਾਰੀਖ ਨੂੰ ਜੋਤੀ ਜੋਤ ਸਮਾਏ, ਅਤੇ ਸੰਖੇਪ ਦੇ ਨਾਲ ਕਿ ਜੋ ਕਰਤੱਵ ਕੀਤੇ ਉਹਨਾਂ ਨੂੰ ਵੀ ਸੰਖੇਪ ਦੇ ਰੂਪ ਦੇ ਅੰਦਰ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਭਾਈ ਰਾਮ ਕੌਰ ਜੀ ਦੀ ਸੁਣਾਈ ਹੋਈ ਕਥਾ ਨੂੰ ਛੰਦਾਬੰਦੀ ਵਿੱਚ ਲਿਆ, ਉਹ ਦੋ ਅਧਿਆਵਾਂ ਦੇ ਵਿੱਚ, 7 ਤੇ 8 ਅਧਿਆ ਇਹ ਸਮਾਪਤ ਹੋ ਚੁੱਕੇ ਨੇ। ਇਹਨਾਂ ਦੇ ਵਿੱਚ ਗੁਰੂ ਪ੍ਰਣਾਲੀਆਂ ਦੀ ਕਥਾ, ਕਿਸੇ ਵੀ ਗਿਆਨੀ ਸਿੰਘ ਨੂੰ ਕਿਸੇ ਸਰੋਤੇ ਨੂੰ ਲੋੜ ਪੈ ਜਾਏ ਤਾਂ ਉਹ ਰਾਸ ਪਹਿਲੀ ਦੇ ਇਹ ਦੋ ਅੰਸੂ ਜਿਹੜੇ 7 ਤੇ 8 ਹਨ, ਅੰਸੂ ਦਾ ਮਤਲਬ ਅਧਿਆ ਸਮਝਣਾ, ਇਹਨਾਂ ਦੇ ਵਿੱਚ ਵਿਸਥਾਰ ਦੇ ਨਾਲ ਜੋ ਭਾਈ ਸਾਹਿਬ ਜੀ ਨੇ ਇਸੇ ਕਥਾ ਨੂੰ ਸੰਪੂਰਨ ਜੀਵਨ ਦੇ ਰੂਪ ਦੇ ਵਿੱਚ ਲੈਣਾ, ਪਰ ਉਹਦਾ ਛੋਟਾ ਜਿਹਾ ਰੂਪ ਆਪ ਜੀ ਨੇ ਪਹਿਲਾਂ ਦਰਸਾਇਆ। ਸੋ ਆਓ, ਜਦੋਂ ਆਪ ਜੀ ਰਾਜ ਸ਼ੁਰੂ ਕਰਦੇ ਨੇ ਉਦੋਂ ਦਸੇ ਗੁਰੂ ਸਾਹਿਬਾਨਾਂ ਦਾ ਮੰਗਲ, ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ, ਖਾਲਸੇ ਦਾ ਮੰਗਲ, ਸੰਤਾਂ ਭਗਤਾਂ ਦੇ ਮੰਗਲ, ਨਾਮ ਜਪਣ ਵਾਲਿਆਂ ਦੇ। ਔਰ ਜਿਸ ਵੇਲੇ ਅਧਿਆਇ ਸ਼ੁਰੂ ਕਰਦੇ ਆ ਉਸ ਵੇਲੇ ਦੋਹਰੇ ਰੂਪ ਦੇ ਵਿੱਚ ਜਾਂ ਸਵੀਏ ਰੂਪ ਦੇ ਅੰਦਰ ਪਹਿਲਾਂ ਪਾਤਸ਼ਾਹ ਜੀ ਮੰਗਲ ਕਰਦੇ ਆ, ਫਿਰ ਉਸ ਤੋਂ ਬਾਅਦ ਕਥਾ ਆਰੰਭ ਕਰ ਲੈਂਦੇ। ਇਹ ਭਾਈ ਸਾਹਿਬ ਜੀ ਨੇ ਤਰੀਕਾ ਰੱਖਿਆ ਹੋਇਆ ਹੈ। ਇਸ ਦੋਹਰੇ ਦੇ ਅੰਦਰ ਦਸੇ ਗੁਰੂ ਸਾਹਿਬਾਨਾਂ ਦਾ ਅਤੇ ਸੰਖੇਪ ਰੂਪ ਦੇ ਅੰਦਰ ਇੱਕੋ ਹੀ ਰੂਪ ਵਰਣਨ ਕਰਕੇ ਨਮਸਕਾਰ ਕੀਤੀ ਆਪਣੇ, ਇਹ ਆਪਣੀ ਇਸ਼ਟਾਪਤੀ ਜਣਾ ਰਹੇ ਹੈ ਕਿ ਗੁਰੂ ਸਾਹਿਬਾਨਾਂ ਦੇ ਲਈ ਕਿੰਨਾ ਪਿਆਰ ਅੰਦਰ ਰੱਖਦੇ ਨੇ ਕਵੀ ਜੀ। ਸੋ ਆਓ, ਜਿਸ ਪ੍ਰਕਾਰ ਵਿਚਾਰ ਹੁੰਦੇ ਆ ਸੁਣੋ ਜੀ। ਸ੍ਰੀ ਵਾਹਿਗੁਰੂ ਜੀ ਦੋਹਰਾ ਏਕੋ ਰੂਪ ਸੋ ਦਸਮ ਗੁਰ ਪਾਰ ਬ੍ਰਹਮ ਆਨੰਦ। ਭਾਈ ਸਾਹਿਬ ਜੀ ਕਹਿੰਦੇ ਜੋ ਬ੍ਰਹਮ ਹੈ ਨਾ, ਸੰਸਕ੍ਰਿਤ ਦਾ ਸ਼ਬਦ ਹੈ ਇਹ ਜਿਹੜਾ ਬ੍ਰਹਮ ਹੈ, ਬ੍ਰਹਮ ਦਾ ਅਰਥ ਬਣਦਾ ਹੈ ਵਿਆਪਕ, ਤੇ ਉਹਦੇ ਨਾਲ ਪਾਰ ਸ਼ਬਦ ਲਾ ਕੇ ਬਣ ਗਿਆ ਪਾਰ ਬ੍ਰਹਮ, ਤੇ ਪਾਰ ਤੋਂ ਭਾਵੇ ਜਿਹਦਾ ਪਾਰ ਉਰਾਰ ਨਹੀਂ ਹੈ, ਜਿਹਦਾ ਕੋਈ ਅੰਤ ਨਹੀਂ ਲੈ ਸਕਦਾ, ਜਿਹਦੇ ਚ ਪਾਰ ਹੈ ਹੀ ਨਹੀਂ, ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ, ਭਾਵ ਬੇਅੰਤ ਸਰੂਪ ਹੈ, ਉਹਨੂੰ ਕਹਿੰਦੇ ਨੇ ਪਾਰ ਬ੍ਰਹਮ। ਤੇ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਹੈ ਕਹਿੰਦੇ ਉਸੇ ਨੇ ਗੁਰੂ ਸਰੂਪ ਦੇ ਅੰਦਰ ਪ੍ਰਗਟ ਹੋਣਾ ਕੀਤਾ। ਜਨਮ ਸਾਖੀ ਚ ਬਚਨ ਮਿਲਦਾ ਹੈ ਕਿ ਹੇ ਨਾਨਕ, ਮੈਂ ਪਾਰ ਬ੍ਰਹਮ ਪਰਮੇਸ਼ਵਰ ਹਾਂ ਤੇ ਤੂੰ ਗੁਰ ਪਰਮੇਸ਼ਵਰ, ਐਸਾ ਸ਼ਬਦ ਲਿਖਿਆ ਮਿਲੇਗਾ। ਤੇ ਗੁਰ ਪਰਮੇਸ਼ਵਰ ਏਕ ਹੈ, ਸਭ ਮੈਂ ਰਿਹਾ ਸਮਾਏ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਤੇ ਕਿਸੇ ਦੀ ਆਪਣੀ ਰਹਿ ਹੋ ਸਕਦੀ ਹੈ, ਕਿਸੇ ਦੇ ਆਪਣੇ ਇੰਨੇ ਛੋਟੇ ਵਿਚਾਰ ਹੋ ਸਕਦੇ ਨੇ, ਜਿਨ੍ਹਾਂ ਦੀਆਂ ਆਪਣੀਆਂ ਆਦਤਾਂ ਭੂਤਨਿਆਂ ਵਰਗੀਆਂ ਸਨ, ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਵੀ ਇੱਕ ਭੂਤਨਾ ਦਿਸੇ, ਔਰ ਉਹਨਾਂ ਨੇ ਕਹਿ ਦਿੱਤਾ ਨਾਨਕ ਭੂਤਨਾ ਹੈ, ਕੋਈ ਆਖੇ ਭੂਤਨਾ, ਮੈਨੂੰ ਕਿਹਾ ਲੋਕਾਂ ਨੇ ਮਾਰਿਆ, ਕਹਿੰਦੀ ਭੂਤਨਾ ਵੀ ਕਿਹਾ। ਤੇ ਇਸ ਕਰਕੇ ਕਿਸੇ ਨੇ ਕਿਹਾ ਕੋਈ ਚੰਗਾ ਆਦਮੀ ਹੈ ਜੀ, ਇਹ ਆਮ ਆਦਮੀਆਂ ਦੇ ਵਿੱਚ ਚੰਗਾ ਆਦਮੀ, ਚੰਗੇ ਗੁਣ ਨੇ, ਕਿਸੇ ਨੇ ਕਿਹਾ ਤਾਂ ਬੇਤਾਲਾ ਹੈ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ,
ਕੋਈ ਆਖੇ ਆਦਮੀ ਨਾਨਕ ਬੀਜਾ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੋ, ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛੋ, ਤਾਂ ਫਿਰ ਉਹ ਕਹਿੰਦੇ ਨੇ ਵੀ ਪਰਮੇਸ਼ੁਰ ਆਪ ਹੀ ਗੁਰੂ ਨਾਨਕ ਦੇ ਸਰੂਪ ਵਿੱਚ ਪ੍ਰਗਟ ਹੋਏ ਸਨ। ਦਸੇ ਸਰੂਪ ਏਕੋ ਰੂਪ ਸੋ ਦਸਮ ਗੁਰ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇੱਕ ਪਾਰਬ੍ਰਹਮ ਪਰਮੇਸ਼ੁਰ ਦਾ ਸਰੂਪ। ਕਹਿੰਦੇ ਸ਼ਕਲਾਂ ਵੱਖਰੀਆਂ ਵੱਖਰੀਆਂ ਸਨ, ਜਿਵੇਂ ਇੱਕ ਪਾਤਸ਼ਾਹ ਦੀਆਂ ਦਸ ਪੁਸ਼ਾਕਾਂ ਵੱਖਰੇ ਵੱਖਰੇ ਰੰਗਾਂ ਦੀਆਂ ਹੋਣ, ਪਰ ਬਾਦਸ਼ਾਹ ਤਾਂ ਉਹੀ ਹੈ, ਪੁਸ਼ਾਕ ਬਦਲਦਾ। ਇਸੇ ਤਰ੍ਹਾਂ ਸਰੀਰ ਦੀ ਪੁਸ਼ਾਕ ਬਦਲੀ ਹੈ ਅਤੇ ਗੁਰੂ ਉਹੀ ਸੀ। ਏਕੋ ਰੂਪ ਸੋ ਦਸਮ ਗੁਰ, ਪਾਰ ਬ੍ਰਹਮ ਆਨੰਦ, ਜਿਹੜਾ ਸਦਾ ਹੀ ਆਨੰਦ ਸਰੂਪ ਹੈ, ਅਤੇ ਐਸਾ ਜੋ ਪਰਮੇਸ਼ੁਰ ਹੈ ਸਤ ਚੇਤਨ ਆਨੰਦ, ਉਹਦੇ ਬ੍ਰੇਸ਼ਨ ਕਿ ਸਤ ਹਮੇਸ਼ਾ ਰਹਿਣ ਵਾਲਾ, ਜੜ ਵਿਲਖਤ ਚੇਤਨ ਕਿਹਾ ਜਾਂਦਾ ਹੈ, ਅਤੇ ਆਨੰਦ ਸਰੂਪ ਹੈ, ਅਤੇ ਉਹਦਾ ਸਰੂਪ ਦੱਸੇ ਗੁਰੂ ਸਾਹਿਬਾਨ ਹਨ। ਪਦ ਅਰਵਿੰਦ ਮੁਕੰਦ ਵਰ ਬੰਦੋ ਦੁਆ ਕਰਵੰਦ, ਅਤੇ ਮੈਂ ਆਪਣੀ ਕਾਵਿ ਰਚਨਾ ਦੀ ਸਫਲਤਾ ਵਾਸਤੇ ਔਰ ਵਿਘਨਾਂ ਦਾ ਨਾਸ਼ ਕਰਨ ਵਾਸਤੇ ਮੈਂ ਉਹਨਾਂ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕਰਦਾ, ਦੋਨੇ ਹੱਥ ਜੋੜ ਕੇ ਕਰਦਾ, ਅਤੇ ਮੁਕੰਦ ਮੁਕਤੀ ਦੇ ਦੇਣ ਵਾਲੇ ਹੋ ਤੁਸੀਂ ਗੁਰੂ ਸਾਹਿਬਾਨ, ਮੈਂ ਤੁਹਾਡੀ ਕਥਾ ਲਿਖਦਾ ਕਿਉਂਕਿ ਤੁਸੀਂ ਮੁਕਤੀ ਦਿੰਦੇ ਹੋ। ਇਹ ਇੱਛਾ ਰੱਖ ਕੇ ਮੈਂ ਕਥਾ ਲਿਖਦਾ ਕਿ ਮੈਨੂੰ ਵੀ ਕਿਰਪਾ ਕਰਕੇ ਦਾਦ ਅਰਥ ਦੇਣ ਵਾਲੇ, ਮੁਕਤੀ ਦੇਣ ਵਾਲੇ ਹੋ ਜੀ। ਸਵਈਆ ਸ੍ਰੀ ਗੁਰੂ ਨਾਨਕ ਪੂਰਨ ਤੇ, ਗੁਰੂ ਨਾਨਕ ਸਾਹਿਬ ਤੇ ਪੂਰਨ ਸੀ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਇਹ ਤੋਂ ਵੱਡਾ ਕੋਈ ਸੰਸਾਰ ਚ ਆਇਆ ਹੀ ਨਹੀਂ ਅੱਜ ਤੱਕ, ਸਭ ਤੋਂ ਵੱਡੇ ਸਨ। ਗੁਰਤਾ ਗੁਰ ਅੰਗਦ ਨੇ ਜਪ ਪਾਈ, ਤੇ ਜਦੋਂ ਗੁਰਤਾ ਇਸ ਸਵਈਏ ਦੇ ਵਿੱਚ ਹੈ, ਜਦੋਂ ਗੁਰਤਾ ਗੱਦੀ ਪ੍ਰਾਪਤ ਕਰ ਲਈ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ, ਧਿਆਨ ਹਿਰਦੈ ਗੁਰਮੂਰਤ ਕੋ, ਹਿਰਦੇ ਦੇ ਵਿੱਚ ਗੁਰੂ ਨਾਨਕ ਦਾ ਸਰੂਪ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਨਾਨਕ ਨੂੰ ਆਪਣੇ ਹਿਰਦੇ ਦੇ ਤਲ ਤੇ ਬਿਠਾ ਲਿਆ ਸੀ, ਤੇ ਗੁਰੂ ਨਾਨਕ ਦੇ ਸਰੂਪ ਦੇ ਧਿਆਨ ਨਿਮਗਨ ਹੋ ਗਏ ਸਨ। ਠਹਿਰਾਏ ਲਿਓ ਜਬ ਦਿਨ ਵਿਦਾਈ, ਗੁਰੂ ਨਾਨਕ ਦੇ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਬਿਠਾ ਕੇ ਭਰੇ ਹੋਏ ਮਨ ਦੇ ਨਾਲ ਅੱਖਾਂ ਚੋਂ ਹੰਝੂ ਵਹਾਉਂਦਿਆਂ ਹੋਇਆਂ ਜਦੋਂ ਕਰਤਾਰਪੁਰ ਤੋਂ ਵਿਦਾ ਹੋਣ ਲੱਗੇ, ਜਦੋਂ ਗੁਰੂ ਨਾਨਕ ਨੇ ਕਿਹਾ ਪੁਰਖਾ ਤੂੰ ਹੁਣ ਖੰਡੂਰ ਚੱਲਿਆ ਜਾ, ਇੱਥੇ ਨਹੀਂ ਰਹਿਣਾ, ਇਹ ਸਾਡੀ ਆਗਿਆ ਹੈ, ਆਗਿਆ ਮੰਨਦੇ ਹੋਏ ਚੱਲ ਪਏ ਸਨ। ਬੇਬਸ ਹੋਇ ਬਿਛੜਿਓ ਗੁਰਤੇ, ਕਹਿੰਦੇ ਬੇਬਸੀ ਸੀ, ਬਸ ਨਹੀਂ ਸੀ, ਗੁਰੂ ਤੋਂ ਵਿਛੜਨਾ ਨਹੀਂ ਸੀ ਚਾਹੁੰਦਾ। ਮੱਛੀ ਕਦ ਚਾਹੁੰਦੀ ਹੈ ਕਿ ਮੈਂ ਪਾਣੀ ਤੋਂ ਵਿਛੜ ਜਾ, ਪਰ ਗੁਰੂ ਦੇ ਹੁਕਮ ਦੇ ਅੱਗੇ ਸੀਸ ਝੁਕਾਉਣਾ ਪਿਆ, ਵਿਛੜਨਾ ਨਹੀਂ ਸੀ ਚਾਹੁੰਦੇ, ਤੇ ਪਰ ਸਰੀਰ ਕਰਕੇ ਵਿਛੜਨਾ ਪਿਆ, ਤੇ ਹਿਰਦੇ ਦੇ ਤਲ ਤੇ ਗੁਰੂ ਨਾਨਕ ਨੂੰ ਬਿਠਾ ਕੇ ਖੰਡੂਰ ਸਾਹਿਬ ਨੂੰ ਚੱਲ ਪਏ, ਫੇਰ ਵਸਾਇਆ, ਫੇਰ ਆਣ ਸਤਿਗੁਰ ਖੰਡੂਰ, ਜਾਂ ਵਿੱਚ ਖੰਡੂਰ ਹੈ ਜੋਤ ਜਗਾਈ, ਤੋ ਇਸ ਪ੍ਰਕਾਰ ਦੱਸਦੇ ਹਨ। ਅਸ਼ਟਾਂਗ ਕਰੇ ਮੁਖ ਕੋ ਰਜ ਲਾਈ, ਰਜ ਨਾਮ ਧੂੜੀ ਦੇ ਮੁਖ ਨੂੰ ਧੂੜੀ ਲਾਈ ਗੁਰੂ ਨਾਨਕ ਦੇ ਚਰਨਾਂ ਦੀ, ਅਸ਼ਟਾਂਗ ਬੰਦਨ ਕੀਤੀ, ਕਿਉਂਕਿ ਬੰਦਨਾ ਕਈ ਪ੍ਰਕਾਰ ਦੀ ਹੈ, ਇੱਕ ਤਾਂ ਸ਼ਬਦਾਂ ਦੀ ਉਹ ਬੰਦਨਾ ਹੈ, ਤੇ ਸ਼ਬਦ ਦੇ ਨਾਲ ਹੀ ਕਹਿ ਦੇਣਾ ਜਿਵੇਂ ਮੱਥਾ ਟੇਕਦਾ, ਮੱਥਾ ਟੇਕਿਆ ਨੀ ਚਰਨਾਂ ਤੇ, ਜਿਵੇਂ ਮੱਥਾ ਟੇਕਦਾ, ਜਿਵੇਂ ਸਾਡੇ ਦੇਸ਼ ਦੇ ਰਿਵਾਜ਼ ਸੀ ਬੇਬੇ ਮੱਥਾ ਟੇਕਦਾ, ਤੇ ਬੰਦਨਾ ਸ਼ਬਦਾਂ ਦੇ ਵਿੱਚ ਹੈ। ਤੇ ਇੱਕ ਸਾਧ ਸਿੰਘ ਜੀ ਹੱਥ ਜੋੜ ਕੇ ਮੱਥਾ ਟੇਕਣਾ, ਇਹ ਕੇਵਲ ਬੰਦਨਾ ਹੈ, ਤੇ ਇੱਕ ਹੈਗੀ ਅਸ਼ਟਾਂਗ ਵੰਦਨਾ। ਅਸ਼ਟਾਂਗ ਵੰਦਨਾ ਕਹਿੰਦੇ ਵੀ ਨਮਸਕਾਰ ਕਰਨ ਲੱਗਿਆ ਅੱਠ ਅੰਗ ਧਰਤੀ ਨੂੰ ਲੱਗ ਜਾਣ, ਦੋਵੇਂ ਪੈਰ, ਦੋਵੇਂ ਗੋਡੇ, ਤੇ ਦੋਵੇਂ ਹੱਥ, ਨੱਕ ਤੇ ਮੱਥਾ, ਇਹ ਅਸ਼ਟਾਂਗ ਹੈ, ਅੱਠ ਅੰਗ, ਅਸ਼ਟ ਜਮਾਂ ਅੱਠ ਅੰਗ ਧਰਤੀ ਨੂੰ ਲੱਗ ਜਾਣ ਤੇ ਆਪਣੇ ਇਸ ਨੂੰ ਮੱਥਾ ਟੇਕ ਕੇ, ਇਹਨੂੰ ਕਹਿੰਦੇ ਨੇ ਅਸ਼ਟਾਂਗ ਬੰਦਨ।
ਤੇ ਇੱਕ ਹੈਗੀ ਡੰਡੌਤ ਬੰਧਨ, ਡੰਡੇ ਬਤ ਲੰਮਾ ਪੈ ਕੇ ਸਾਰਾ ਹੀ ਸਰੀਰ ਲੰਮਾ ਪਿਆ ਤੇ ਮੱਥਾ ਟੇਕ ਰਿਹਾ, ਉਹਨੂੰ ਕਹਿੰਦੇ ਡੰਡੌਤ ਬੰਧਨ। ਤੇ ਅਸ਼ਟਾਂਗ ਬੰਧਨ ਕੀਤੀ ਹੈ ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਨੂੰ। ਨੀਰ ਬਲੋਚਨ ਭੂਰ ਬਿਮੋਚਤ, ਨੀਰ ਪਾਣੀ ਦਾ ਨਾਮ ਹੈ, ਬੇਚੁਲ ਬਿਲੋਚਨ ਨੇਤਰਾਂ ਦਾ ਨਾਮ ਹੈ, ਅੱਖਾਂ ਦੇ ਵਿੱਚੋਂ ਵੈਰਾਗ ਦਾ ਪਾਣੀ ਭਰ ਭਰ ਕੇ ਡੁੱਲ ਰਿਹਾ ਹੈ। ਮਾਨੋ ਅੱਖਾਂ ਇੱਕ ਡੂਨਾ ਬਣੇ ਹੋਏ ਨੇ ਜਿਹੜੇ ਜਿਵੇਂ ਪਾਣੀ ਦੇ ਡੂਨੇ ਹੁੰਦੇ ਭਰ ਭਰ ਕੇ ਡੁੱਲ ਰਹੇ ਹੈ, ਵੈਰਾਗ ਦਾ ਜਲ ਜਾ ਰਿਹਾ। ਮੈਂ ਨੀਰ ਵਹਿ ਵਹਿ ਚੱਲੈ ਜੀਓ, ਐਸੀ ਅਵਸਥਾ ਹੈ। ਸੋਚਤ ਪ੍ਰੇਮ ਮਹਾ ਉਮਗਾਈ, ਤੇ ਇਉਂ ਸਾਸੀ ਪ੍ਰੇਮ ਤਾਂ ਫਿਰ ਬਹੁਤ ਉਮਗ ਰਿਹਾ ਹੈ ਤੇ ਉੱਛਲ ਰਿਹਾ। ਪ੍ਰੇਮ ਐਸਾ ਹਿਰਦੇ ਦੇ ਵਿੱਚ ਹੈ ਤੇ ਬੜੇ ਉਮਹਾ ਦੇ ਵਿੱਚ ਪ੍ਰੇਮ ਜਿਹੜਾ ਹੈ ਉਹ ਉਛਲ ਰਿਹਾ ਹੈ। ਜੀਵ ਸਰੀਰ ਮਨੋ ਵਿਛੜਿਓ, ਤੋ ਇਹ ਸਾਧ ਸਿੰਘ ਜੀ ਇਹ ਆਪਾਂ ਥੋੜਾ ਜਿਹਾ ਨਿਯਮ ਪੂਰਾ ਕਰ ਲਿਆ, ਬਾਕੀ ਕਥਾ ਤਾਂ ਲੜੀਵਾਰ ਚੱਲਦੀ ਰਹਿਣੀ ਹੈ। ਸੋ ਬਾਕੀ ਦਾ ਜਿਹੜਾ ਸਮਾਂ ਆਪਾਂ ਉਸ ਮਹਾਨ ਭਗਤ ਨੂੰ ਜੀ ਦੇ ਰਹੀ ਭਾਈ ਬਲਰਾਜ ਸਿੰਘ ਜੀ ਨੇ ਸਟੇਜ ਤੇ ਹੁਣੇ ਆਪ ਜੀ ਨੂੰ ਦੱਸਿਆ, ਭਗਤ ਧੰਨਾ ਜੀ ਦੀ ਬਿਕਰਮੀ ਸੰਮਤ ਤਾਂ ਮਿਲਦੀ ਹੈ ਵੀ ਇਸ ਸੰਮਤ ਦੇ ਵਿੱਚ ਉਹਨਾਂ ਦਾ ਅਵਤਰਨ ਹੋਇਆ। 1473 ਬਿਕਰਮੀ ਸੰਮਤ ਇਹ ਮਿਲਦਾ ਵੀ ਇਹਦੇ 'ਚ ਅਵਤਰਨ ਹੋਇਆ, ਲੇਕਿਨ ਮਹੀਨਾ ਜਾਂ ਫਿਰ ਦਿਨ ਜਾਂ ਥਿਤ ਜਾਂ ਵਾਰ, ਚਲੋ ਕੋਈ ਨਾ ਕੋਈ ਤਾਂ ਦਿਨ ਨਿਸ਼ਚਿਤ ਕਰਨਾ ਹੀ ਸੀ। ਜਿਵੇਂ ਜੀਸਸ ਦਾ ਕਿਹੜਾ ਪਤਾ ਸੀ ਵੀ ਕਿਹੜੇ ਦਿਨ ਜੰਮਿਆ, ਅੰਗਰੇਜ਼ਾਂ ਨੇ ਤਾਂ ਵੀ ਐਸਾ ਕੀਤਾ ਵੀ ਚਲੋ ਆਹ ਦਿਨ ਬਣਾ ਲਓ, ਅਤੇ ਉਹਨਾਂ ਨੇ ਉਹ 25 ਦਸੰਬਰ ਕਰ ਲਈ ਹੈ। ਇਸ ਤਰ੍ਹਾਂ ਜੇ ਕੋਈ ਸਮਾਂ ਨਿਸ਼ਚਿਤ ਕਰ ਲਿਆ ਹੈ ਵਿਦਵਾਨਾਂ ਨੇ ਸਿੱਖ ਪੰਥ ਨੇ, ਪਰ ਅਸਲੀਅਤ ਇਹ ਹੈ ਵੀ ਉਹ ਅਸਲੀ ਜਨਮ ਤਾਰੀਖ ਕਿਸੇ ਨੂੰ ਲੱਭੀ ਨਹੀਂ ਅੱਜ ਤੱਕ। ਮਸਾਂ ਮਸਾਂ ਬਹੁਤ ਖੋਜ ਕਰਨ ਤੋਂ ਸ਼ੁਕਰ ਹੈ ਮੈਂ ਉਸ ਵੀ ਕਈ ਵਾਰ ਆਇਆ ਉਸ ਵੇਲੇ ਤੇ ਉਸ ਨੂੰ ਭਗਤ ਧੰਨੇ ਦੇ ਜੀਵਨ ਦੇ ਨਾਲ ਇੰਨਾ ਮੋਹ ਹੋ ਚੁੱਕਾ ਸੀ। ਜੱਟਾਂ ਦੇ ਘਰ ਦਾ ਜਨਮ ਉਹਦਾ ਪੰਜਾਬ ਦੇ ਹੀ ਸੀ। ਦੁੱਖ ਦੀ ਬਾਤ ਇਹ ਹੈ ਵੀ ਅੱਜ ਉਹ ਸਿੱਖੀ ਨੂੰ ਛੱਡ ਕੇ ਸਿੱਖੀ ਤੋਂ ਪਤਿਤ ਹੋ ਕੇ ਇੱਕ ਸ਼ਾਇਦ ਸਾਡੇ ਲੋਕਾਂ ਨੇ ਸਾਂਭਿਆ ਵੀ ਹੈ। ਉਸ ਨੇ ਬੜੀ ਮਿਹਨਤ ਕੀਤੀ ਪਰ ਉਹਦੀ ਮਿਹਨਤ ਦਾ ਫਲ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਹੋਰ ਹੀ ਡਿਗਰੀ ਲੈਣ ਵਾਲੇ ਨੇ ਲਾਭ ਉਠਾ ਲਿਆ। ਰਾਤ ਦਿਨ ਘੱਟਾ ਉਹ ਨਹੀਂ ਛਾਣਿਆ ਤੇ ਡਿਗਰੀ ਲੈ ਗਿਆ ਕੋਈ ਹੋਰ, ਇਹ ਥੀਸਿਸ ਧੰਨੇ ਤੇ ਲਿਖ ਕੇ ਡਿਗਰੀ ਕੋਈ ਹੋਲੇ ਰਹਿ ਗਿਆ ਡਾਕਟਰ ਦੀ। ਐਸਾ ਵੀ ਹੋਇਆ, ਚੋਰੀਆਂ ਹੁੰਦੀਆਂ ਨੇ, ਬੜੇ ਬੜੇ ਵਿਦਿਅਕ ਅਦਾਰੇ 'ਚ ਹੋ ਜਾਂਦੀਆਂ। ਉਹ ਬੜਾ ਸਧਾਰਨ ਬੰਦਾ ਸੀ, ਐਡੀ ਬੜੀ ਫਾਈਲ ਲੈ ਕੇ ਮੇਰੇ ਕੋਲ ਗਿਆ ਅਤੇ ਉਸ ਫਾਈਲ ਦੇ ਵਿੱਚ ਉਹਨਾਂ ਨੇ ਬੜੇ ਕੀਮਤੀ ਚੀਜ਼ਾਂ ਖੱਟੀਆਂ ਕੀਤੀਆਂ। ਅੱਜ ਉਹਦੀ ਬਦੌਲਤ ਅਸੀਂ ਹਿੱਕ ਤਾਣ ਕੇ ਕਹਿ ਸਕਦੇ ਵੀ ਧੰਨੇ ਦੀ ਮਾਂ ਦਾ ਆਹ ਨਾਂ ਸੀ, ਧੰਨੇ ਦੇ ਪਿਤਾ ਦਾ ਆਹ ਨਾਂ ਸੀ। ਇਹ ਉਸ ਬੰਦੇ ਦੀ ਮਿਹਨਤ ਨੂੰ, ਅਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਸ ਤਰ੍ਹਾਂ ਲੱਭਿਆ। ਉਹਨੂੰ ਲੋਕ ਧੰਨਾ ਭਗਤੀ ਕਹਿਣ ਲੱਗ ਗਏ ਸੀ, ਉਹ ਧੰਨੇ ਦੀ ਖੋਜ ਕਰਦਾ ਫਿਰਦਾ ਸੀ, ਧੰਨਾ ਭਗਤੀ ਕਹਿਣ ਲੱਗ ਗਏ। ਕਹਿੰਦਾ ਜੀ ਮੈਂ ਸੋਚਿਆ ਵੀ ਗੰਗਾ 'ਤੇ ਫੁੱਲ ਪਹੁੰਚੇ ਹੋਣਗੇ ਭਗਤ ਜੀ ਦੇ, ਉਸ ਵੇਲੇ ਗੰਗਾ 'ਤੇ ਹੀ ਫੁੱਲ ਜਾਂਦੇ ਸੀ। ਕਹਿੰਦਾ ਜੀ ਮੈਂ ਜੱਟਾਂ ਦੇ ਸਾਰੇ ਗੋਤਾਂ ਦੇ ਬਹੀਆਂ ਫਰੋਲ ਮਾਰੀਆਂ, ਇਕੱਲੇ ਇਕੱਲੇ ਬ੍ਰਾਹਮਣ ਦੀਆਂ ਬਹੀਆਂ ਪੜ੍ਹ ਉਹ ਕਰ, ਅਖੀਰ ਦੇ ਵਿੱਚ ਕਹਿੰਦੇ ਇੱਕ ਵਿਦਵਾਨ ਮਿਲਿਆ। ਉਹ ਕਹਿਣ ਲੱਗੇ ਸਾਡੇ ਕੋਲ ਕੇਵਲ ਇੰਨੀ ਸੰਮਤ ਤੋਂ ਤੁਰੀਆਂ ਹੋਈਆਂ ਬਹੀਆਂ, ਪਰ ਧੰਨੇ ਦਾ ਇਸ ਤੋਂ ਪਹਿਲਾਂ ਜਿਹੜੇ ਫੁੱਲ ਹੁੰਦੇ ਸਨ ਪੈਂਦੇ ਤਾਂ ਗੰਗਾ ਦੇ ਵਿੱਚ ਸੀ ਪਰ ਹਰਿਦੁਆਰ ਨਹੀਂ ਸੀ ਪੈਂਦੇ। ਕੁਛ ਲੋਕ ਸੀ ਪਾਉਂਦੇ ਹੋਣਗੇ ਹਰਿਦੁਆਰ, ਪਰ ਉਹਦੀ ਲਿਖਤ ਪੜਤ ਕੋਈ ਨਹੀਂ। ਹਾਂ ਇੱਕ ਗੱਲ ਹੈ ਵੀ ਫਲਾਨੀ ਜਗ੍ਹਾ ਫਲਾਨੇ ਘਾਟ ਦੇ ਉੱਤੇ
ਤੇ ਉੱਥੇ ਫੁੱਲ ਪੈਂਦੇ ਸੀ ਉਸ ਵੇਲੇ, ਤੇ ਉਸ ਵੇਲੇ ਦੀਆਂ ਬਹੀਆਂ ਉਹਨਾਂ ਦੇ ਕੋਲ ਪੁਰਾਣੀਆਂ ਪਈਆਂ, ਤੇ ਹੁਣ ਉੱਥੇ ਲੋਕ ਨਹੀਂ ਪਾਉਂਦੇ ਹੁਣ ਇੱਥੇ। ਕਹਿੰਦਾ ਜੀ ਫਿਰ ਮੈਂ ਉੱਥੇ ਗਿਆ, ਤੇ ਹੁਣ ਭਗਤ ਧੰਨਾ ਜੀ ਦੇ ਤਾਂ ਫੁੱਲ ਉੱਥੇ ਗਏ ਨਹੀਂ ਸੀ, ਇਸ ਕਰਕੇ ਧੰਨਾ ਜੀ ਦੀ ਤਾਂ ਉਹ ਗੱਲ ਲੱਭੇ ਹੀ ਨਹੀਂ ਸੀ ਸਕਦੀ, ਕਿਉਂਕਿ ਉਹ ਤਾਂ ਸਣ ਦੇ ਹੀ ਸੱਚਖੰਡ ਗਏ। ਉਹ ਮੈਂ ਬਾਅਦ ਚ ਬੇਨਤੀ ਕਰ ਦਿੰਦਾ ਆਪ ਜੀ ਨੂੰ, ਬਲਕਿ ਉਹ ਤਾਂ ਪਰਿਵਾਰ ਨੂੰ ਵੀ ਨਾਲ ਲੈ ਗਏ ਸੀ ਬਾਬਾ ਸ੍ਰੀ ਚੰਦ ਸਾਹਿਬ ਦੇ ਜਿਵੇਂ ਕਹਿਣ ਤੋਂ। ਬਾਬਾ ਲਕਸ਼ਮੀ ਦਾਸ ਜੀ ਆਪਣੇ ਘਰਵਾਲੀ ਦੇ ਪੁੱਤਰ ਨੂੰ ਵੀ ਨਾਲ ਲੈ ਕੇ ਆਕਾਸ਼ ਨੂੰ ਸੱਚਖੰਡ ਨੂੰ ਜਾਣ ਲੱਗੇ, ਗੁਰੂ ਨਾਨਕ ਦੇ ਪੁੱਤਰ। ਕਬੀਰ ਸਾਹਿਬ ਸਣ ਦੇ ਚਲੇ ਗਏ ਗੁਰੂ ਨਾਨਕ ਸਾਹਿਬ ਦੇ, ਇਸੇ ਤਰ੍ਹਾਂ ਭਗਤ ਨਾਲ। ਇਹ ਤਾਂ ਆਪਣਾ ਸਾਰਾ ਪਰਿਵਾਰ ਹੀ ਨਾਲ ਲੈ ਗਏ ਸਨ, ਉਹ ਬਾਅਦ ਦੀ ਗੱਲ ਹੈ। ਜਿਸ ਕਰਕੇ ਉਹਨਾਂ ਦੇ ਪਿੰਡ ਦਾ ਨਾਮ ਜਿਹੜਾ ਧੂੰਆਂ ਕਲਾਂ ਪਿਆ, ਭਾਈ ਕਾਹਨ ਸਿੰਘ ਨਾਭਾ ਦੇ ਕੋਲ ਜਿਹਨੇ ਸੂਚਨਾ ਦਿੱਤੀ ਉਸ ਪਿੰਡ ਦੀ, ਅਤੇ ਉਹਦੇ 'ਚ ਉਹਨਾਂ ਨੇ ਕਈ ਟਪਲੇ ਖਾ ਲਏ। ਉਹਨਾਂ ਨੇ ਧੂਆਂ ਲਿਖਿਆ, ਅਤੇ ਉਹ ਕਹਿੰਦੇ ਜੀ ਧੂਏ ਨੂੰ ਲਿਖ ਲਿਆ, ਉਹ ਇੰਗਲਿਸ਼ ਦੇ ਵਿੱਚ ਕਹਿੰਦੇ ਧੂਆਂ ਨਹੀਂ ਲਿਖਣਾ ਪੈਂਦਾ, ਕੋਈ ਹੋਊਗੀ ਮੁਸ਼ਕਲ ਇੰਗਲਿਸ਼ ਵਾਲਿਆਂ ਦੀ, ਕਿਉਂਕਿ ਮੈਨੂੰ ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਜੀ ਤੁਸੀਂ ਖੰਡਨ ਕਰ ਦਿਓ, ਇਹ ਤਾਂ ਇੰਗਲਿਸ਼ ਦਾ ਵਰਡ ਹੈ। ਮੈਂ ਕਿਹਾ ਮੰਨ ਲਈ ਗੱਲ, ਮੈਂ ਤੇਰੀ ਗੱਲ ਮੰਨਦਾ ਹਾਂ, ਪਰ ਮੈਨੂੰ ਇਉਂ ਦੱਸ ਦੇ ਵੀ ਕਲਾਂ ਸ਼ਬਦ। ਕਹਿੰਦਾ ਜੀ ਇਹ ਗੱਲ ਹੁਣ ਕਹਾਂ ਤੁਹਾਡੀ ਮੰਨਣ ਵਾਲੀ ਹੈ। ਮੈਂ ਕਿਹਾ ਪਿੰਡ ਦਾ ਨਾਂ ਧੂਆਂ ਕਲਾਂ ਹੈ, ਅਤੇ ਇਸ ਕਰਕੇ ਉਹਨੂੰ ਧੂਆਂ ਤੋਂ ਬਾਅਦ ਕਲਾਂ ਲਿਖ ਦਿੰਦੇ, ਉਹ ਇੰਗਲਿਸ਼ ਦੇ ਕਲਾਂ ਨਹੀਂ ਲਿਖਿਆ ਜਾਂਦਾ। ਕਹਿੰਦੇ ਲਿਖਿਆ ਜਾਂਦਾ, ਮੈਂ ਕਿਹਾ ਵੀ ਕਿਵੇਂ ਛੱਡਿਆ ਉਹਨੂੰ, ਇਹਦਾ ਮਤਲਬ ਟਪਲਾ ਖਾਧਾ ਕਾਹਨ ਸਿੰਘ ਨੇ, ਇੱਕ ਜਗ੍ਹਾ ਨਹੀਂ ਕਈ ਜਗ੍ਹਾ ਉਹ ਵੀ, ਪਰ ਫਿਰ ਵੀ ਜਿੰਨਾ ਕੁ ਕੰਮ ਕੀਤਾ ਕਾਹਨ ਸਿੰਘ ਨੇ ਉਹਨੂੰ ਵੀ ਨਮਸਕਾਰ ਹੈ, ਕੋਈ ਉੱਚੀ ਬਾਤ ਨਹੀਂ, ਬੜਾ ਕੰਮ ਕੀਤਾ, ਕਿਤੇ ਛੋਟੀ ਜਿਹੀ ਬਾਤ ਹੈ, ਉਸ ਵੇਲੇ ਅੱਜ ਤਾਂ ਬਹੁਤ ਸੌਖਾ ਹੈ। ਅਤੇ ਅਰਬ ਕੰਟਰੀਆਂ ਦੇ ਵਿੱਚ ਇੱਕ ਇਨਫੋਰਮੇਸ਼ਨ ਮੰਗਾਉਣੀ ਸੀ ਜਿਹੜੀ ਮੈਨੂੰ ਗ੍ਰੰਥ ਵਿੱਚ ਚਾਹੀਦੀ ਸੀ। ਮਲੇ ਕੋਲੇ ਮੈਂ ਬੈਠਾ, ਡਾਕਟਰ ਸਾਹਿਬ ਨੇ ਮਿੰਟ 10 ਵੀ ਨਹੀਂ ਲਾਏ ਅਰਬ ਦੇ ਵਿੱਚ, ਜਿਹਦੇ ਲਾਇਬ੍ਰੇਰੀ 'ਚ ਫੋਨ ਕਰਕੇ ਮੇਰੀ ਤਸੱਲੀ ਕਰਾਤੀ, ਜਿਹਦੇ ਵੀ ਆਹ ਲਓ ਜੀ ਲਾਇਬ੍ਰੇਰੀ ਦਾ ਇੰਚਾਰਜ ਬੋਲ ਰਿਹਾ, ਅੱਜ ਸਾਧਨ ਸੌਖੇ, ਉਸ ਵੇਲੇ ਕੁਛ ਨਹੀਂ ਸੀ। ਪਰ ਫਿਰ ਵੀ ਉਹਨਾਂ ਨੇ, ਚਲੋ ਮਹਾਰਾਜਾ ਹੀਰਾ ਸਿੰਘ ਦੀ ਬਹੁਤ ਵੱਡੀ ਉਹਨਾਂ ਦੇ ਉੱਤੇ ਮਿਹਰਬਾਨੀ ਸੀ ਵੀ ਉਹਨਾਂ ਨੇ ਖਰਚ ਬੜਾ ਕੀਤਾ ਮਹਾਰਾਜਾ ਨਾਭਾ ਨੇ, ਅਤੇ ਭਾਈ ਕਾਹਨ ਸਿੰਘ ਨੇ ਉੱਥੇ ਬੈਠ ਕੇ ਇਹ ਲਿਖਿਆ, ਜਿਵੇਂ ਫਰੀਦਕੋਟ ਵਾਲੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਟੀਕ ਤਿਆਰ ਕਰਵਾਇਆ, 3-4 ਰਾਜਿਆਂ ਦੀ ਪੀੜ੍ਹੀਆਂ ਲੱਗੀਆਂ। ਮਹਾਰਾਜਾ ਭੁਪਿੰਦਰ ਸਿੰਘ ਨੇ, ਪੰਡਿਤ ਤਾਰਾ ਸਿੰਘ ਨੇ ਉਸਨੂੰ ਗ੍ਰਾਰਥ ਕੋਸ਼ ਬਣਾਇਆ, ਇਹ ਐਸੇ ਰਾਜੇ ਕਰਦੇ ਸੀ। ਅਤੇ ਕੈਂਥਲ ਵਾਲੇ ਮਹਾਰਾਜ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਬੁਲਾਇਆ, ਇਹ ਉਸ ਵੇਲੇ ਰਾਜਿਆਂ ਦੀ ਦੌੜ ਸੀ ਵੀ ਸਿੱਕੀ ਲਈ ਕਿਹੜਾ ਰਾਜਾ ਜ਼ਿਆਦਾ ਕੰਮ ਕਰਦਾ। ਅਤੇ ਇਸ ਕਰਕੇ ਅਤੇ ਉਹ ਸਾਰਾ ਫਿਰ ਉੱਥੇ ਵਿਚਾਰਾ ਪਹੁੰਚਿਆ, ਉੱਥੇ ਜਾ ਕੇ ਫਿਰ ਉਹਨੂੰ ਸਭ ਕੁਛ ਮਿਲ ਗਿਆ ਵੀ ਧੰਨੇ ਦੇ ਫੁੱਲ ਤਾਂ ਨਹੀਂ ਉੱਥੇ ਪਹੁੰਚੇ, ਲੇਕਿਨ ਧੰਨੇ ਦੀ ਮਾਤਾ ਅਤੇ ਧੰਨੇ ਦੇ ਪਿਤਾ ਦੇ ਫੁੱਲ ਲੈ ਕੇ ਗਿਆ ਸੀ ਧੰਨਾ। ਉੱਥੇ ਧੰਨੇ ਦੇ ਸਿਗਨੇਚਰ ਹੋਏ ਹੈ, ਧੰਨੇ ਨੇ ਇਹ ਕਿਹਾ ਮੈਂ ਆਪਣੀ ਮਾਂ ਅਤੇ ਆਪਣੇ ਪਿਤਾ ਦੇ ਫੁੱਲ ਲੈ ਕੇ ਆਇਆ, ਜਿਸ ਕਰਕੇ ਉਹਦੀ ਮਾਂ ਲੱਭ ਗਈ ਅਤੇ ਬੜੀ ਔਖੀ ਲੱਭੀ ਹੈ। ਗੁਰੂ ਪਿਆਰਿਓ, ਉਸ ਮਾਂ ਨੂੰ ਮੈਂ ਨਮਸਕਾਰ ਕਰਦਾ। ਉਸ ਪਵਿੱਤਰ ਮਾਂ ਦਾ ਨਾਂ ਸੀ ਗੰਗਾ, ਗੰਗਾ ਦੇਵੀ ਕਹਿੰਦੇ ਸੀ ਉਹ, ਇਹ ਧੰਨੇ ਦੀ ਮਾਂ ਦਾ ਨਾਂ ਹੈ। ਅਤੇ ਪਿਤਾ ਦਾ ਨਾਮ ਸੀ ਹਾਤੀ ਰਾਮ। ਅਤੇ ਉਹਨੂੰ ਹੁਣ ਕਈ ਪੁਸਤਕ ਲਿਖਣ ਵਾਲੇ, ਇੱਕ ਨਵੀਂ ਪੁਸਤਕ ਲਿਖਣੀ ਸੀ, ਮੇਰੀ ਰਾਏ ਲੈਣ ਲੱਗ ਕੇ ਕਹਿੰਦੇ ਜੀ ਤਾਂ ਹਾਥੀ ਰਾਮ ਲਿਖਿਆ ਹੈ। ਮੈਂ ਕਿਹਾ ਵੀ ਤੁਸੀਂ ਹਾਥੀ ਰਾਮ ਬਣਾ ਦਿਓ ਚਾਹੇ ਸ਼ੇਰ ਰਾਮ ਬਣਾ ਦਿਓ, ਜੇ ਹੈ ਤਾਂ ਹਾਥੀ ਰਾਮ, ਅਤੇ ਗਲਤੀ ਨਾ ਜੇ ਕਿਤੇ ਹਾਥੀ ਲਿਖਿਆ ਗਿਆ, ਤੁਸੀਂ ਉਹਨੂੰ ਹਾਥੀ ਕਾਹਤੋਂ ਬਣਾਉਂਦੇ ਹੋ ਬੰਦੇ ਨੂੰ ਵਿਚਾਰੇ। ਹਾਥੀ ਰਾਮ ਗੋ ਸੀ ਹਰਚਿਤਵਾਲ, ਜੇ ਕਿਸੇ ਨੇ ਇਹ ਨੋਟ ਕਰਨਾ, ਹਰਚਿਤਵਾਲ ਉਹਦਾ ਗੋਤ ਸੀ, ਜੱਟਾਂ ਦੇ ਗੋਤ, ਉੱਥੇ ਆਪਣੇ ਪੰਜਾਬ 'ਚ ਜੱਟ ਕਹਿੰਦੇ, ਉੱਥੇ ਜਾਟ ਕਹਿੰਦੇ ਹੈ, ਰਾਜਸਥਾਨ ਦੇ ਵਿੱਚ ਵੀ, ਅਤੇ ਗੁਆਂਢੀ ਜਿਹੜੇ ਹੋਰ ਸੂਬੇ ਉਹਨਾਂ ਦੇ ਵਿੱਚ ਵੀ ਐਸ ਵੀ ਜਾਟ ਕਹਿੰਦੇ। ਹਰਿਆਣੇ ਦੇ ਵਿੱਚ, ਚਲੋ ਹਰਿਆਣਾ ਤਾਂ ਕੱਲ੍ਹ ਹੀ ਜੁਦਾ ਹੋਇਆ ਤੁਹਾਡੇ ਕੋਲੋਂ, ਇਹਦੇ 'ਚ ਵੀ ਜਾਟ ਕਹਿੰਦੇ। ਦੇਖਿਆ ਨਾ ਹੁਣ ਵੀ ਜਾਟ ਬਰਾਦਰੀ, ਇਹ ਸ਼ਬਦ ਦਾ ਹੀ ਫਰਕ ਹੈ, ਜਾਟ ਜੱਟਾਂ ਨੂੰ ਇਹ ਕਹਿੰਦੇ। ਇਹ ਤਾਂ ਸੀ ਭਗਤ ਧੰਨਾ ਜੀ ਦੀ ਮਾਂ, ਜਿਸ ਨੂੰ ਅਸੀਂ ਨਮਸਕਾਰ ਕਰਦੇ, ਜਿਹਨੇ ਐਸਾ ਭੋਲਾ ਭਾਲਾ ਭਗਤ ਪੈਦਾ ਕੀਤਾ, ਭੋਲੇ ਭਾਏ ਮਿਲੇ ਰਗ ਰਾਇਆ, ਇਹ ਗੱਲ ਸਾਬਤ ਕਰਕੇ ਦਿਖਾ ਦਿੱਤੀ। ਉਹ ਫਿਰ ਕਹਾਣੀ ਐਸੀ ਚੱਲਦੀ ਹੈ ਕਿ ਧੰਨਾ ਜੀ ਕਹਿੰਦੇ ਗਰੀਬੀ ਘਰ ਵਿੱਚ ਮਾਤਾ ਚੜ੍ਹਾਈ ਕਰ ਗਈ, ਪਿਤਾ ਚੜ੍ਹਾਈ ਕਰ ਗਿਆ, ਪਤਾ ਨਹੀਂ ਵਿਚਾਰਾ ਫੁੱਲ ਵੀ ਕਿਵੇਂ ਪਾਉਣ ਗਿਆ ਕੀ ਨਹੀਂ, ਉੱਥੇ ਹੁੰਦਾ ਹੀ ਕੱਖ ਨਹੀਂ ਸੀ ਉਸ ਵੇਲੇ,
ਅਸੀਂ ਤਾਂ ਉੱਥੇ ਕਈ ਵਾਰ ਜਾ ਕੇ ਦੇਖਿਆ। ਹੁਣ ਚਲੋ ਥੋੜ੍ਹੀ ਬਹੁਤ ਫਸਲ ਪਾਣੀ ਦਾ ਇੰਤਜ਼ਾਮ ਹੋਇਆ, ਜਿਹੜੇ ਕਰਕੇ ਥੋੜ੍ਹੀ ਬਹੁਤ ਧੰਨੇ ਦਾ ਅੱਜ ਵੀ ਉਹ ਖੇਤ 8 ਵੀਘਿਆਂ ਦਾ ਮੌਜੂਦ ਹੈ ਜਿਹਦੇ ਵਿੱਚ ਪਰਮਾਤਮਾ ਨੇ ਹਲ ਵਾਹਿਆ ਸੀ ਆ ਕੇ। ਧੰਨੇ ਦਾ ਉਹ ਭਗਤ, ਉਹ ਇੱਟਾਂ ਪੁਰਾਣੀਆਂ ਮੌਜੂਦ ਨੇ ਜਿਹੜਾ ਰੱਬ ਨੇ ਹਲ ਹੱਕਿਆ ਸੀ, ਜਿਹੜਾ ਹਲਟ ਹੱਕਿਆ ਸੀ। ਅੱਜ ਵੀ ਉਸ ਖੇਤ ਦੀ ਮਿੱਟੀ ਲੋਕ ਜਿਹਨਾਂ ਨੂੰ ਪਤਾ ਲੈ ਕੇ ਆਉਂਦੇ ਨੇ, ਜਿਹੜੇ ਖੇਤ ਨੂੰ ਬਿਮਾਰੀ ਪੈਣ ਤੋਂ ਨਾ ਹਟੇ, ਧੰਨੇ ਭਗਤ ਦੀ ਉਹ ਮਿੱਟੀ ਲਿਆ ਕੇ ਸਪਰੇਅ ਕਰ ਦਿੰਦੇ ਤੇ ਬਿਮਾਰੀ ਹਟ ਜਾਂਦੀ ਹੈ। ਅੱਜ ਵੀ ਪੂਰਨਮਾਸ਼ੀ ਦੀ ਰਾਤ ਨੂੰ ਕਿਤੇ ਕਿਤੇ ਭਗਤ ਧੰਨੇ ਦੇ ਸੰਗੀਤ ਦੇ ਅਲਾਪਣ ਦੀਆਂ ਧੁਨੀਆਂ, ਔਰ ਕਿਤੇ ਕਿਤੇ ਕੇਸਰ ਦੇ ਛਿੱਟੇ ਰਾਤ ਦੇ ਟਾਈਮ ਉੱਥੇ ਡਿੱਗ ਜਾਂਦੇ ਆ, ਜਿਹਨਾਂ ਦੇ ਡਿੱਗੇ ਨੂੰ ਉਹਨਾਂ ਨੇ ਦੱਸਿਆ। ਇਹ ਭਾਵਨਾ ਵਾਲਿਆਂ ਦੀ ਬਾਤ ਸਾਰੀ। ਭਗਤ ਗਾਵਾਂ ਲੈ ਕੇ ਤੁਰਿਆ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਰੋਜ਼ ਟਲੀਆਂ ਖੜਕਦੀਆਂ ਵੇਖਦਾ ਸੀ। ਇੱਕ ਦਿਨ ਇਹਨੇ ਕਿਹਾ, ਪੁੱਛ ਹੀ ਲਵਾਂ ਵੀ ਇਹ ਬਣ ਕੀ ਰਿਹਾ। ਹੁਣ ਉੱਥੇ ਖੜ ਗਿਆ, ਕਹਿਣ ਲੱਗਿਆ, ਦਾਦਾ ਜੀ ਆਹ ਕੀ ਕਰੀ ਜਾਂਦੇ, ਹਰ ਰੋਜ਼ ਟਲੀਆਂ ਖੜਕਾਈ ਜਾਂਦੇ ਸਵੇਰੇ, ਤੂੰ ਕੀ ਕਰਦਾ? ਉਹ ਕਹਿੰਦੇ, ਧੰਨਿਆ ਠਾਕਰ ਦੀ ਪੂਜਾ ਕਰਦਾ। ਅਖੇ ਜੀ ਇਹ ਤੋਂ ਕੀ ਮਿਲਦਾ? ਕਹਿੰਦੇ, ਲੈ ਠਾਕਰ ਦੀ ਸੇਵਾ ਕਰੀ, ਜੋ ਇੱਛਾ ਹੈ ਸੋਈ ਫਲ ਪਾਵੇ, ਸਭ ਕੁਛ ਮਿਲਦਾ। ਕਹਿੰਦੇ, ਹਾਂ ਸਭ ਕੁਛ ਮਿਲਦਾ। ਕਹਿੰਦੇ, ਫਿਰ ਤੇਰੀ ਨਾਲੋਂ ਤਾਂ ਲੋੜ ਮੇਰੀ, ਤੇਰੇ ਤਾਂ ਘਰ ਸਭ ਕੁਛ ਹੈ, ਮੇਰੀ ਤਾਂ ਕੱਖ ਵੀ ਨਹੀਂ ਹੈ। ਮੇਰਾ ਅਜੇ ਵਿਆਹ ਨਹੀਂ ਹੋਇਆ, ਮੇਰੇ ਖੇਤਾਂ ਦੇ ਵਿੱਚ ਕੁਛ ਉੱਗਦਾ ਨਹੀਂ, ਤੇ ਮੇਰੇ ਤਾਂ ਘਰ 'ਚ ਗਰੀਬੀ ਬਹੁਤ ਜ਼ਿਆਦਾ ਹੈ। ਫਿਰ ਕਹਿੰਦਾ ਵੀ ਦਾਦਾ ਮੇਰੇ 'ਤੇ ਪਰਉਪਕਾਰ ਕਰ, ਵੀ ਤੇਰੇ ਕੋਲ ਤਾਂ ਮੈਨੂੰ ਲੱਗਦਾ ਵੀ ਇਹ ਸਾਰੀ ਠਾਕਰ। ਕਹਿੰਦੇ, ਸਾਰੀ ਠਾਕਰ। ਕਹਿੰਦਾ ਫਿਰ ਤੇਰੇ ਕੋਲ ਇੰਨੇ ਨੂੰ ਮੈਨੂੰ ਵੀ ਦੇ ਇੱਕ, ਜੇ ਤੁਧ ਭਾਵ ਹੈ, ਧੱਕਾ ਕੋਈ ਨਹੀਂ, ਜੇ ਤੂੰ ਇੱਕ ਦੇ ਦੇ ਤੇਰਾ ਬੜਾ ਆਸਾਨ ਹੋਊਗਾ। ਭਾਈ ਗੁਰਦਾਸ ਸਾਹਿਬ ਜੀ ਨੇ ਗੁੰਦ ਕੇ ਰੱਖ ਦਿੱਤਾ ਸਾਰਾ ਜੀਵਨ। ਕਹਿੰਦੇ, ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾ ਬਣਾਵੈ, ਧੰਨੇ ਡੀਠਾ ਚਲਤੇ, ਪੁੱਛੇ ਬਾਹਮਣ ਆਕਸ ਦਾਵੈ, ਠਾਕਰ ਦੀ ਸੇਵਾ ਕਰੀ, ਜੋ ਇੱਛਾ ਸੋ ਫਲ ਪਾਵੈ, ਧੰਨਾ ਕਰਦਾ ਜੋਦੜੀ। ਮੈਨੂੰ ਇੱਕ ਦੇ ਦੇ, ਮੈਂ ਵੀ ਦੇ ਇੱਕ, ਜੇ ਤੁਧ ਭਾਵ ਹੈ। ਉਹ ਕਹਿਣ ਲੱਗਾ, ਦੇਖੋ ਧਾਰਮਿਕ ਲੋਕ ਕਿਵੇਂ ਠੱਗੀਆਂ ਮਾਰਦੇ ਆਏ ਨੂੰ, ਭੋਲੇ ਭਾਲੇ ਲੋਕਾਂ, ਅੱਜ ਵੀ ਵੱਜ ਰਹੀਆਂ, ਅੱਖਾਂ ਖੋਲਣ ਦੀ ਲੋੜ ਹੈ। ਉਹ ਕਹਿਣ ਲੱਗਾ ਵੀ ਦੇਖ, ਠਾਕਰ ਤਾਂ ਮੈਂ ਤੈਨੂੰ ਦੇ ਦਿਉ, ਪਰ ਇਹਦੇ ਬਦਲੇ ਤੂੰ ਕੀ ਦੇਵੇਂਗਾ? ਠਾਕਰ ਦਾ ਸੌਦਾ ਹੋਣ ਲੱਗਿਆ, ਸਿੱਧਮ ਸਿੱਧਾ ਵਪਾਰ, ਇੱਕ ਧਰਮ ਦਾ ਠੇਕੇਦਾਰ ਬੈਠਾ ਜਿਹੜਾ ਮੰਦਿਰ ਵਿੱਚ ਉਹ ਕਰਨ ਲੱਗਿਆ। ਕਹਿੰਦਾ ਵੀ ਤੂੰ ਸਭ ਤੋਂ ਵਧੀਆ ਗਾਂ ਹੈ ਨਾ, ਜਿਹੜੀ ਕਪਲਾਂ ਗਾਂ ਸੀ, ਸਭ ਤੋਂ ਵਧੀਆ ਦੁੱਧ ਦੇਣ, ਇੱਕੋ ਹੀ ਗਾਂ ਵਿਚਾਰੇ ਜੱਟ ਕੋਲ ਜਿਹੜੀ ਵਧੀਆ। ਕਹਿੰਦਾ ਇਹ ਦੇ ਦੇ। ਉਹ ਕਹਿੰਦਾ, ਭਾਵੇਂ ਸਾਰੀਆਂ ਹੀ ਲੈ ਲੈ, ਮੈਂ ਤਾਂ ਠਾਕਰ ਤੋਂ ਹੀ ਮੰਗ ਲੈਣੀਆਂ, ਮੈਨੂੰ ਕੀ ਘਾਟਾ ਬੁਲਾਉਣ, ਲੈ ਲੈ। ਕਹਿੰਦੇ, ਪੱਥਰ ਇੱਕ ਲਪੇਟ ਕਰ। ਲਪੇਟਿਆ ਕਿਉਂ ਸੀ? ਕਿਤੇ ਸੋਚੋ ਤੁਸੀਂ ਵੀ, ਭਾਈ ਗੁਰਦਾਸ ਕਹਿੰਦੇ ਲਪੇਟਿਆ, ਲਪੇਟਣ ਦਾ ਕਾਰਨ ਸੀ ਜੇ ਕਿਸੇ ਹੋਰ ਨੇ ਦੇਖ ਲਿਆ ਉਹਨੇ ਰੌਲਾ ਪਵਾ ਦੇਣਾ ਵੀ ਇਹ ਤਾਂ ਠਾਕਰ ਹੀ ਨਹੀਂ ਆਇਆ। ਗੰਡਕਾ ਨਦੀ ਤੇ ਨਿਕਲਣ ਵਾਲੇ ਪੱਥਰ ਦੋ ਕਿਸਮ ਦੇ ਹੁੰਦੇ ਨੇ, ਚਿੱਟਾ ਪੱਥਰ ਹੋਵੇ, ਕਾਲੀ ਧਾਰੀ ਹੋਵੇ ਤਾਂ ਠਾਕਰ ਹੈ, ਜੇ ਕਾਲਾ ਹੋਵੇ ਤਾਂ ਚਿੱਟੀ ਧਾਰੀ ਹੋਵੇ ਠਾਕਰ ਹੈ। ਤੇ ਇਹ ਤਾਂ ਪੱਥਰ ਸੀ ਵਿਚਾਰਾ, ਜਿਵੇਂ ਇਹਨੂੰ ਘੜ ਪੱਥਰ ਦੇ ਤਾ, ਲਪੇਟ ਕੇ ਦਿੱਤਾ ਤਾਂ ਕਿ ਧੰਨੇ ਨੂੰ ਕੋਈ ਦੱਸ ਨਾ ਦੇਵੇ ਵੀ ਇਹਨੂੰ ਜੱਟ ਨੂੰ ਲੁੱਟਣਾ ਦੋਨੇ ਅੱਧੀ। ਧੰਨੇ ਨੇ ਇੱਕ ਵਾਰੀ ਤਾਂ ਪੁੱਛਿਆ, ਕਹਿੰਦੇ ਦਾਦਾ ਜੀ ਇਹ ਬਾਕੀ ਦੇ ਛੋਟੇ ਛੋਟੇ ਨੇ ਤੇ ਇਹ ਬਾਹਲਾ ਹੀ ਵੱਡਾ ਹੈ। ਕਹਿੰਦਾ ਇਹ ਸਾਰਿਆਂ ਦਾ ਦਾਦਾ ਹੈ, ਇਸ ਕਰਕੇ ਨਾ ਇਹ ਵੱਡਾ, ਇਹਦੀ ਤਾਂ ਬੱਚੇ ਨੇ ਸਾਰੇ। ਲਓ ਜੀ ਉਹ ਭੋਲਾ ਵਿਚਾਰਾ ਮੰਨ ਕੇ ਉਹ ਵੀ ਚੱਲ ਪਿਆ। ਕਹਿੰਦਾ ਦੇਖ ਪਹਿਲਾਂ ਇਸ਼ਨਾਨ ਕਰਾਈ, ਐਕਣ ਕਰੀ ਸਰ, ਠਾਕਰ ਨੂੰ ਨਿਭਾਲ ਕੇ ਲੱਸੀ ਰੱਖੀ, ਅੰਮ੍ਰਿਤ ਛਾਏ, ਰੋਟੀ ਮਿਸੀਆਂ ਰੋਟੀਆਂ, ਗੰਢਾ ਚਟਣੀ, ਜੋ ਜੱਟਾਂ ਦੇ ਛਾਏ ਰੋਟੀ ਦਾ ਭੋਗ ਚੜਾਵੇ। ਹੁਣ ਠਾਕਰ ਹੋਵੇ ਤਾਂ ਖਾਵੇ, ਹੋ ਗਏ ਠਾਕਰਾ ਖਾ। ਫਿਰ ਥੋੜਾ ਥੋੜਾ ਜੱਟ ਨੂੰ ਗੁੱਸਾ ਵੀ ਆਉਣ ਲੱਗਿਆ, ਕਹਿੰਦਾ ਦੁਪਹਿਰਾ ਹੋ ਗਿਆ, ਤੇਰੀਆਂ ਮਿੰਨਤਾਂ ਕਰਦਾ, ਬਾਹਮਣਾਂ ਦੇ ਰੋਜ਼ ਖਾਂਦਾ, ਮੇਰੇ ਇੱਕ ਦਾ ਨਹੀਂ ਖਾ ਸਕਦਾ ਤੂੰ, ਹੈਂ? ਇਹ ਕਿਹੜੀ ਗੱਲ ਹੋਈ, ਕਿਉਂ ਰੁੱਸ ਗਿਆ? ਹਾਂ ਵੀ ਮੂੰਹ ਨਾ ਜੂਠਾ ਲਸਾ, ਮੈਂ ਮੂੰਹ ਵੀ ਜੂਠਾ ਨਹੀਂ ਕੀਤਾ। ਕਹਿੰਦਾ ਅੱਛਾ, ਹਾਂ ਇੱਕ ਗੱਲ ਹੈ, ਨਹੀਂ ਨਹੀਂ ਠਾਕਰ ਮੇਰੇ 'ਚ ਗਲਤੀ ਹੈ। ਫਟਾਫਟ ਇੱਕ ਬੜੀ ਸਾਰੀ ਪਾਥੀ ਨੂੰ ਅੱਗ ਲਾ ਲਿਆ, ਕਹਿੰਦਾ ਧੂੰਆਂ ਕਰਿਆ ਬਸ, ਉਹਦਾ ਇਹ ਨਹੀਂ ਦੇਖਿਆ ਵੀ ਧੂਪ ਦਿਖਾਈ ਸੀ ਉਹਨੇ ਪਾਥੀ ਨੂੰ ਅੱਗ ਲਾ ਦਿੱਤੀ। ਕਹਿੰਦਾ ਲੈ ਹੁਣ ਤਾਂ ਉਹਦੇ ਨਾਲੋਂ ਜ਼ਿਆਦਾ ਧੂੰਆਂ ਹੋ ਗਿਆ, ਜੇ ਤੂੰ ਇਹਦੇ 'ਤੇ ਪ੍ਰਸੰਨ ਹੈ ਧੂੰਏ 'ਤੇ ਹੀ, ਠਾਕੁਰ ਹੋਵੇ ਤਾਂ ਬੋਲੇ।
ਓਹੋ ਕਹਿੰਦਾ ਜੀ ਉਹ ਟੱਲੀਆਂ ਮੈਂ ਭੁੱਲੇ ਗਿਆ, ਕਹਿੰਦਾ ਮੇਰੀ ਵਕਲ ਤੇ ਪੜਦਾ ਪੈ ਗਿਆ, ਠਾਕਰ ਦਾ ਕਸੂਰ ਨੀ, ਕਹਿੰਦਾ ਠਰ ਜਾ ਠਰ ਜਾ। ਇੱਕ ਬੜਾ ਸਾਰਾ ਪੀਪਾ ਚੱਕ ਲਿਆਂਦਾ, ਉਹਦੇ ਚ ਇੱਕ ਪਾ ਕੇ ਨਾ ਬੜਾ ਸਾਰਾ, ਜਿਵੇਂ ਉਹਨਾਂ ਰਿਓੜੀਆਂ ਕਹਿੰਦੇ ਹੁੰਦੇ ਸੀ, ਰਿਓੜੀਆਂ ਤੋਂ ਖਾਣ ਵਾਲੀਆਂ ਹੁੰਦੀਆਂ ਨੇ, ਇੱਕ ਸਰੀਏ ਦਾ ਟੁਕੜਾ ਹੁੰਦਾ ਸੀ ਟਿੰਡਾਂ ਚ ਪੈਂਦਾ, ਉਹਦੇ ਨਾਲ ਠਾ ਠਾ ਲੱਗ ਗਿਆ ਵਜਾਉਣ। ਉਹ ਫੇਰ ਵੀ ਹੁਣ ਉਹਨੇ ਉੱਥੇ ਤੇ ਰੋਟੀ ਖਾਣੀ, ਕਹਿੰਦਾ ਵੀ ਗੱਲ ਸੁਣ ਲੈ ਰੱਬਾ, ਵੀ ਤੂੰ ਹੁਣ ਆਪਣਾ ਗੁੱਸਾ ਤਾਂ ਲਿਆ ਦਿਖਾ, ਤੇ ਹੁਣ ਵਾਰੀ ਮੇਰੀ ਆ ਗੁੱਸਾ ਦਿਖਾਉਣ ਦੀ, ਤੇਰਾ ਵੀ ਵਾਹ ਬਾਹਮਣਾਂ ਨਾਲੇ ਪਿਆ ਰਿਹਾ, ਹੁਣ ਤੇ ਜੱਟ ਨਾਲ ਤੇਰਾ ਵੀ ਵਾਹ ਅੱਜ ਹੀ ਪਿਆ, ਹੈਂ ਪਹਿਰ ਹੋ ਗਿਆ ਤੈਨੂੰ, ਮਿੰਨਤਾਂ ਕਰਦੇ ਨੂੰ ਖਾ ਲੈ ਖਾ ਲੈ ਖਾ ਲੈ, ਹੋਇਆ ਕੀ ਹੈ, ਹਾਂ ਵੀ ਮੂੰਹ ਨਾ ਰੁਛਾ, ਤੂੰ ਰੁੱਠਾ ਮੈਂ ਕਿਹੋ ਨਾ ਸਿਖਾਵੈ, ਮੈਨੂੰ ਨੀ ਚੰਗੀ ਲੱਗਦੀ ਗੱਲ। ਕਹਿੰਦਾ ਛੱਡ ਉਹ ਤਨਿਆ, ਛੱਡ ਖਹਿੜਾ ਇਹ ਜੇ ਠਾਕਰ ਦਾ, ਬਿਨੇ ਗੱਲ ਤੇ ਗੁੱਸੇ ਹੋਇਆ ਰਹਿੰਦਾ, ਬਾਹਮਣਾਂ ਦੀ ਰੋਟੀਆਂ ਰੋਜ਼ ਖਾਂਦਾ, ਜੱਟ ਦੇ ਕਦੇ ਨਹੀਂ ਖਾਂਦਾ, ਮੈਂ ਕਰਾਂ ਕਿ ਮੇਰੇ ਤੋਂ ਕੋਲ ਮਿਸੀਆਂ ਨੇ, ਮੇਰੇ ਕੋਲ ਕੜਾਹ ਪ੍ਰਸ਼ਾਦ ਨਹੀਂ ਕੁਝ ਨਹੀਂ, ਬਈ ਹੁਣ ਇਹੋ ਜਿਹੇ ਜੀਵਨ ਤੋਂ ਮਰ ਜਾਣਾ ਹੀ ਚੰਗਾ। ਉਸ ਵੇਲੇ ਧੰਨੇ ਨੇ ਚਿਖਾ ਬਣਾਤੀ, ਕਹਿੰਦਾ ਹਲੇ ਤੇਰੇ ਸਿਰ ਚੜ੍ਹ ਕੇ ਮਰੂੰਗਾ ਹੁਣ, ਆਕਾਸ਼ਬਾਣੀ ਹੋਈ ਧੰਨਿਆ ਆਇਆ ਨਾ ਕਰ, ਕਹਿੰਦਾ ਨਹੀਂ ਨਹੀਂ ਕਰੇ ਲੈਣ ਦਿਓ, ਤੂੰ ਮੈਂ ਹੁਣ ਵੀ ਤਾਂ ਲੱਗਿਆ ਬਾਜਾਂ ਦੇਣ। ਕਹਿੰਦੇ ਧੰਨਿਆ ਮੈਂ ਤੈਨੂੰ ਇਹ ਪੁੱਛਦਾ ਹਾਂ ਵੀ ਪੱਥਰ ਰੋਟੀ ਖਾਂਦਾ ਹੁੰਦਾ ਕਿਤੇ, ਤੈਨੂੰ ਦਿਖਦਾ ਨਹੀਂ, ਤੇਰੀਆਂ ਅੱਖਾਂ ਨਹੀਂ, ਤੇਰੇ ਸਾਹਮਣੇ ਪੱਥਰ ਹੈ, ਪੱਥਰ ਇੱਕ ਲਪੇਟ ਕਰ। ਕਹਿੰਦਾ ਹਾਂ ਇਹ ਤਾਂ ਸਹੀ ਹੈ, ਪੱਥਰ ਤਾਂ ਨਹੀਂ ਰੋਟੀ ਖਾ ਸਕਦਾ। ਕਹਿੰਦਾ ਤਾਂ ਹੀ ਲੋਕ ਕਹਿੰਦੇ ਨੇ ਵੀ ਜੱਟ ਨੂੰ ਦੁਪਹਿਰੇ ਪਿੱਛੇ ਦੀ ਅੱਗ ਲਾਉਂਦੀ ਹੈ। ਕਹਿੰਦਾ ਵਾਕਿਆ ਹੀ ਸਹੀ ਹੈ ਤੇਰੀ ਗੱਲ, ਪਰ ਇੱਕ ਗੱਲ ਮੈਂ ਪੁੱਛਦਾ ਕਿ ਮੈਨੂੰ ਇਉਂ ਦੱਸ ਵੀ ਪੱਥਰ ਬੋਲਦਾ ਹੁੰਦਾ? ਰੱਬ ਕਹਿੰਦਾ ਨਹੀਂ, ਪੱਥਰ ਬੋਲ ਹੀ ਨਹੀਂ ਸਕਦਾ, ਨਾ ਦੇਖ ਸਕਦਾ ਨਾ ਖਾ ਸਕਦਾ। ਕਹਿੰਦਾ ਆਈ ਨੂੰ ਖਿਲਾਉਣੀ ਆ ਜਿਹੜਾ ਬੋਲਦਾ, ਤੂੰ ਆ ਇੱਥੇ, ਪੱਥਰ ਤੋਂ ਮੈਂ ਕੀ ਲੈਣਾ, ਆ ਜਾ ਸਾਹਮਣੇ। ਕਹਿੰਦਾ ਪਰ ਮੇਰੀ ਭਾਵਨਾ ਵੀ ਪ੍ਰਗਟ ਇਹਦੇ ਵਿੱਚੋਂ ਹੀ ਹੋ ਜਾ ਹੁਣ ਤੂੰ। ਤੇ ਗੁਸਾਈ ਪੁਰਤਖ ਹੋਏ ਰੋਟੀ ਖਾਏ ਸ਼ਾਹੇ ਮੁਲਾਵੈ, ਭੋਲਾ ਪਾਓ ਗੋਬਿੰਦ ਮੁਲਾਵੈ, ਰੱਬ ਮਿਲ ਗਿਆ। ਇਹਦੇ ਚ ਰਾੜੇ ਵਾਲੇ ਸੰਤਾਂ ਨੇ, ਸੰਤ ਬਾਬਾ ਈਸ਼ਰ ਸਿੰਘ ਜੀ, ਸੰਤ ਬਾਬਾ ਅਤਰੀ, ਇੱਕ ਧਾਰਨਾ ਬਣਾਈ ਹੋਈ ਸੀ, ਧੰਨਾ ਵੱਡਿਆਂ ਜੀ ਭਾਗਾਂ ਵਾਲਾ ਰੱਬ ਪ੍ਰਤੱਖ ਮਿਲਿਆ, ਇਹ ਧਾਰਨਾ ਸੀ ਢੋਲਕੀ ਛੇੜਨੇ ਲੱਭਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸਾਧ ਸਿੰਘ ਜੀ ਫਿਰ ਉਸ ਵੇਲੇ ਭਗਵਾਨ ਜੀ ਕਹਿਣ ਲੱਗੇ, ਧੰਨਿਆ ਵੀ ਦੇਖ ਜਿਹਦਾ ਖਾਈਏ ਸ਼ੇਰਾ ਉਹਦਾ ਕੰਮ ਕਰਨਾ ਪੈਂਦਾ। ਕਹਿੰਦਾ ਇਹ ਤਾਂ ਹੈ ਜੀ। ਕਹਿੰਦੇ ਤੂੰ ਮੇਰੀ ਇਹ ਉਪਾਸ਼ਨਾ ਕੀਤੀ ਇਹ, ਪਰ ਮੈਂ ਹਾਜ਼ਰ ਹੋ ਗਿਆ, ਹੁਣ ਦੱਸ ਵੀ ਚਾਹੀਦਾ ਕੀ ਹੈ? ਕਹਿੰਦਾ ਚਾਹੀਦਾ ਕੀ ਹੈ, ਤੂੰ ਮੈਨੂੰ ਪੁੱਛ ਜੇ ਚਾਹੀਦਾ ਕੀ ਨਹੀਂ, ਇੱਥੇ ਤਾਂ ਹੈ ਹੀ ਕੱਖ ਨਹੀਂ, ਰੋਟੀ ਪੱਕਦੀ ਨਹੀਂ, ਤੂੰ ਕਹਿੰਦਾ ਚਾਹੀਦਾ ਕੀ ਹੈ? ਕਹਿੰਦੇ ਆਰਤੀ ਨਹੀਂ ਕਰਨੀ? ਕਹਿੰਦੇ ਤੈਨੂੰ ਆਰਤੀ ਦਾ ਸੁਹਾਵਣਾ ਪਿਆ, ਛੋਟੇ ਛੋਟੇ ਭਗਤ ਹੋਏ, ਨਕਬੀਰ ਹੋਇਆ, ਦੂਜਾ ਹੋਇਆ। ਕਹਿੰਦਾ ਵੀ ਆਰਤੀਆਂ ਕੀਤੀਆਂ ਉਹਨਾਂ ਨੇ, ਜੱਟ ਵਾਲਾ ਆਰਤੀ ਨਹੀਂ ਹੋ ਸਕਦੀ, ਜੱਟ ਵਾਲਾ ਤਾਂ ਆਰਤਾ ਹੋਊਗਾ। ਅਜਮੇ ਨਿਹੰਗ ਸਿੰਘਾਂ ਦੇ ਬੋਲੇ ਜਿਹੜੇ ਨਾ, ਉਹ ਵੱਖਰੀ ਕਿਸਮ ਦੇ ਭਗਤ ਦਾ, 15 ਭਗਤਾਂ ਚ ਬੋਲਾ ਵੱਖਰਾ, ਗੋਪਾਲ ਤੇਰਾ ਅਰਥ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਇਹ ਸਿੱਧੀ ਗੱਲ ਸੀ ਜਿਹੜੀ ਰੱਬ ਦੇ ਨਾਲ, ਕਿਹੜੇ ਗਾਹਾਂ ਵਿਆਕਰਨ ਪੜ੍ਹ ਕੇ ਆਏ ਸੀ, ਕੰਸੀ ਪੜ੍ਹ ਕੇ ਆਏ ਸੀ, ਉਹ ਸਿੱਧੀਆਂ ਗੱਲਾਂ, ਤੇ ਉਹ ਰੱਬ ਨੂੰ ਭਾ ਗਈਆਂ, ਫੁਰ ਗਈ। ਕਹਿੰਦੇ ਤੰਨਿਆ ਤੂੰ ਵੀ ਭਗਤ। ਕਹਿੰਦਾ ਜੀ ਗੱਲ ਇਹ ਹੈ, ਜਿੰਨਾ ਕੁ ਰੋਜ਼ ਰਾਸ਼ਨ ਚਾਹੀਦਾ, ਦਾਲ ਸੀਧਾ ਮੰਗੋ, ਘਿਓ ਹਮਰਾ ਖੁਸ਼ੀ ਕਰਿਆ, ਨਿਜੀ ਓ ਪਨੀਆਂ ਸ਼ਾਦ ਨੀਕਾ, ਅਨਾਜ ਮੰਗੋ, ਸਾਥੀ ਕਾ ਗੋ ਵੈਸ ਮੰਗੋ, ਲਵੇਰੀ ਕਤਾਜਨ ਤੁਰੀ ਕੀ ਚੰਗੇਰੀ, ਘਰ ਕੀ ਗਿਹਨ ਚੰਗੀ। ਕਹਿੰਦਾ ਆਹ ਨਾ ਭੁੱਲ ਜੀ, ਰੋਟੀਆਂ ਪਕਾਉਣ ਵਾਲੀ ਵੀ ਚਾਹੀਦੀ ਹੈ, ਕੱਲੀਆਂ ਦਾਲਾਂ ਦੁਲਾਂ ਨਹੀਂ ਮੰਗ ਕੇ ਸਰਨਾ, ਪਰ ਦਹੀਂ ਵੀ ਉਹ ਜਿਹੜੀ ਆਗਿਆਕਾਰ ਹੋਵੇ, ਪਾਣੀ ਕੇ ਮੰਗ ਤੇ ਪਾਥਰ ਨਾ ਮਾਰਨ ਵਾਲੀ ਹੋਵੇ, ਨਾਰ ਕੇ ਦੋ ਕਰਨਾਰ ਆਣੀ, ਮੈਂ ਰੋਟੀ ਪਕਾਉਣ ਨੂੰ ਕਹਾਂ ਮੇਰੇ ਗੱਲ ਨੂੰ ਪਵੇ ਉਹ। ਕਹਿੰਦਾ ਇਹ ਜੀ ਨਾ ਦਹੀਂ, ਇਹਦੇ ਨੂੰ ਤਾਂ ਐਂ ਚੰਗਾ, ਘਰ ਕੀ ਗਿਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ, ਮੈਂ ਉੱਥੇ ਧੰਨੇ ਦਾ ਜਦੋਂ ਬਹੁਤ ਵੱਡਾ ਰਾਜਸਥਾਨ ਦੇ ਸਮਾਗਮ ਮੰਗਾਇਆ, ਬਹੁਤ ਲੱਖਾਂ ਦੇ ਇਕੱਠ ਹੋਏ ਹੈ, ਸੰਤ ਬਾਬਾ ਲੱਖਾ ਸਿੰਘ ਨੇ ਸੱਦਿਆ ਸੀ ਇੱਥੇ, ਕਾਰ ਸਰਾਲੀ ਵਾਲੇ ਪਰਿਵਾਰ ਦੇ ਵਿੱਚੋਂ, ਬਾਬਾ ਤਾਰਾ ਸਿੰਘ ਦੇ ਸੀ। ਮੈਂ ਕਿਹਾ ਵੀ ਇੱਕ ਦੱਸੋ ਵੀ ਵਿਦਵਾਨੋ, ਤੁਸੀਂ ਬੈਠੇ ਹੋ ਸਟੇਜ ਦੇ ਉੱਤੇ, ਗਿਆਨੀ ਸਿੰਘ ਬੈਠੇ ਹੋ, ਵੀ ਗੁਰਬਾਣੀ ਕਹਿੰਦੀ ਹੈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਇਹ ਗੁਰਬਾਣੀ ਦਾ ਸਿਧਾਂਤ ਹੈ, ਮੈਂ ਕੋਲੋਂ ਨਹੀਂ ਕਹਿੰਦਾ, ਰੱਬ ਮਿਲੇ ਤੋਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ, ਸੰਤਾਂ ਭਗਤਾਂ ਨੇ ਮਿਟੀਆਂ, ਤੇ ਧੰਨੇ ਨੂੰ ਤਾਂ ਲੱਗੇ ਗਈ ਫਿਰ ਇਹ। ਧੰਨਾ ਕੀ ਮੰਗ ਰਿਹਾ ਹੈ?
ਅਸਲ ਦੇ ਵਿੱਚ ਜੋ ਕੁਛ ਧੰਨੇ ਨੇ ਮੰਗਿਆ ਉਹ ਅਸੀਂ ਪ੍ਰਚਾਰ ਦਾ ਹਿੱਸਾ ਬਣਾਇਆ ਨਹੀਂ। ਧੰਨੇ ਨੇ ਇਹ ਬਾਹਰਲੀਆਂ ਚੀਜ਼ਾਂ ਮੰਗੀਆਂ, ਅਸਥੂਲ ਕਾਹਦੇ ਵਾਸਤੇ ਮੰਗੀਆਂ? ਆਪਣੇ ਲਈ ਕੱਖ ਵੀ ਨਹੀਂ ਮੰਗਿਆ। ਕਹਿੰਦਾ ਉਨਾ ਕੁ ਦਾਲ ਸੀਧਾ ਦੇਈ ਜਾਈ ਜਿੰਨਾ ਕੁ ਸੰਤ ਭਗਤ ਮੇਰੇ ਆ ਕੇ ਰੋਟੀ ਖਾਂਦੇ ਰਹਿਣ। ਉਹਦੇ ਚ ਗਊ ਵੈਸ ਵਾਂਗੋ ਲਵੇਰੀ ਕਤਾਜਨ ਤੁਰੀ ਚੰਗੇਰੀ, ਮੇਰੇ ਕੋਲ ਸੰਤ ਆਉਣਗੇ। ਕੁਝ ਸੰਤ ਮੱਝ ਦਾ ਦੁੱਧ ਨਹੀਂ ਪੀਂਦੇ, ਉਹਨਾਂ ਦੇ ਲਈ ਗਾਵਾਂ ਦਾ ਦੁੱਧ। ਕੁਝ ਸੰਤ ਐਸੇ ਨੇ ਕਹਿੰਦੇ ਨਹੀਂ ਸਾਨੂੰ ਤਾਂ ਗਾੜਾ ਦੁੱਧ ਸਵਾਦ ਲੱਗਦਾ, ਕਹਿੰਦੇ ਸੰਤ ਭੁੱਖਾ ਨਾ ਜਾਵੇ, ਗਊ ਵੀ ਦੇ ਦੇ ਨਾਲੇ ਮੱਝਾਂ ਵੀ ਦੇ ਦੇ। ਗਊ ਵੈਸ ਵਾਂਗੋ ਲਵੇ ਕਾਜਨ ਤੁਰੀ। ਘੋੜੀ ਕਾਹਦੇ ਵਾਸਤੇ ਮੰਗਦਾ ਧੰਨਿਆ? ਕਹਿੰਦੇ ਜੀ ਕਈ ਸੰਤ ਇਹੋ ਜਿਹੇ ਨੇ ਵਿਚਾਰੇ, ਉਹ ਡਿੱਗੜ ਜੇ ਹੁੰਦੇ ਨੇ ਚੱਲ ਨਹੀਂ ਸਕਦੇ, ਮੈਂ ਘੋੜੀ ਤੇ ਛੱਡ ਕੇ ਸੇਵਾ ਕਰਨ ਵਾਸਤੇ ਜਾਇਆ ਕਰੂੰ। ਧੰਨੇ ਨੇ ਕੁਛ ਸੈਰ ਕਰਨ ਵਾਸਤੇ ਨਹੀਂ ਮੰਗੀ, ਮੈਨੂੰ ਘੋੜੀ ਚਾਹੀਦੀ ਹੈ। ਰੋਟੀ ਪਕਾਉਣ ਵਾਲੀ ਉਹ ਲੋੜ ਹੈ ਵੀ ਹੋਰ, ਇਹ ਤਾਂ ਸੀ ਬਾਹਰਲੀਆਂ ਲੋੜਾਂ ਜਿਹੜੀਆਂ, ਇਹ ਵੀ ਇੱਕ ਲੰਗਰ ਦੇ ਵਾਸਤੇ ਸਮੱਗਰੀ ਮੰਗੀ ਗਈ ਹੈ। ਪਰ ਅਸਲ ਦੇ ਵਿੱਚ ਕੀ ਹੈ, ਭਗਤ ਜੀ ਕਹਿੰਦੇ ਗੋਪਾਲ ਤੇਰਾ ਆਰਤਾ, ਹੇ ਮੇਰੇ ਭਗਵਾਨ ਜੀ ਮੈਂ ਸੁਣਿਆ ਤੇਰੇ ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ, ਉਹਨਾਂ ਚ ਇੱਕ ਆਰਤ, ਆਰਤ ਨਾਮ ਦੁਖੀ ਦਾ, ਮੈਂ ਦੁਖੀ ਭਗਤ ਹਾਂ ਤੇਰਾ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਅੰਦਰ ਚਾਰ ਪ੍ਰਕਾਰ ਦੇ ਭਗਤ ਲਿਖੇ, ਆਰਤੋ ਜਗਿਆਸਰ ਅਰਥਾਰਥੀ ਇਹ ਲਿਖੇ ਨੇ। ਕਹਿੰਦੇ ਹੇ ਅਰਜਨ ਚਤੁਰਵਿਧਾ ਬਜੰਤੇ ਬਾਜਨਾ ਸੁਕ੍ਰਿਤੇ ਨਾ ਅਰਜਨ, ਹੇ ਅਰਜਨ ਮੈਨੂੰ ਚਾਰ ਪ੍ਰਕਾਰ ਦੇ ਭਗਤ ਆਰਾਧਨ ਕਰਦੇ ਨੇ। ਆਰਤੋ ਜਗਿਆਸਰ ਅਰਥਾਰਥੀ ਗਿਆਨੀ ਚਾ ਰਸ ਭਗਤ, ਪੜ੍ਹੋ ਗੀਤਾ ਉਹਦੇ ਅੰਦਰ ਚਾਰ ਭਗਤ ਲਿਖੇ। ਵਿਸਥਾਰ ਦਾ ਸਮਾਂ ਨਹੀਂ, ਇਹੋ ਜਿਹੇ ਵਿਸ਼ੇ ਤੇ ਬੋਲਣ ਦੇ ਲਈ ਸਮੇਂ ਦੀਆਂ ਪਾਬੰਦੀਆਂ ਰੋਕ ਕੇ ਰੱਖ ਦਿੰਦੀਆਂ ਕਿ ਨਹੀਂ, ਜਕੜ ਲੈਂਦੀਆਂ ਨੇ, ਅੱਗੇ ਨਹੀਂ ਜਾ ਸਕਦਾ। ਇਹ ਸਾਰਾ ਸ਼ਬਦ ਇਉਂ ਚੱਲਣਾ ਹੈ, ਗੋਪਾਲ ਤੇਰਾ ਆਰਤਾ ਜੋ ਜਨ ਤੋਰੀ ਭਗਤ ਕਰਨ ਦੇ ਤਿੰਨ ਕਹੇ, ਮੈਂ ਤੇਰਾ ਆਰਤ ਭਗਤ ਹੈ। ਦਾਲ, ਦਾਲ ਨਹੀਂ ਮੰਗੀ ਕਿਤੇ, ਕਹਾਂ ਮੂੰਗੀ ਦੀ ਦਾਲ ਮੰਗੀ ਹੈ। ਕਹਿੰਦੇ ਆਦ ਵਿਆਦ ਉਪਾਦ ਨੂੰ ਦਲ ਕੇ ਰੱਖ ਦਿਓ, ਸਰੀਰ ਤੰਦਰੁਸਤ ਹੋ ਗਿਆ ਤਾਂ ਤੇਰੀ ਭਗਤੀ ਹੋ ਗਈ, ਤੇ ਮਨ ਨੂੰ ਸਿੱਧਾ ਕਰ ਦਿਓ, ਮੇਰਾ ਮਨ ਬੜਾ ਬੀਂਗਾ ਰਹਿੰਦਾ ਭਗਤੀ ਚ ਸਿੱਧਾ ਰਹੇ। ਦਾਲ ਸਿੱਧਾ ਮੰਗੋ ਘੀਓ, ਪ੍ਰੇਮ ਰੂਪੀ ਘੀ ਮੰਗਦਾ ਮੈਂ ਤੇਰੇ ਕੋਲ, ਘੀ ਨਰਮ ਕਰ ਦਿੰਦਾ ਸੁੱਕੀਆਂ ਰੋਟੀਆਂ ਨੂੰ ਵੀ, ਮੇਰੇ ਹਿਰਦੇ ਨੂੰ ਨਰਮ ਰੱਖੀ ਕਿਉਂਕਿ ਤੈਨੂੰ ਭਗਤੀ ਦੇ ਵਿੱਚ ਨਰਮ ਹਿਰਦਾ ਚਾਹੀਦਾ। ਦਾਲ ਸਿੱਧਾ ਮੰਗੋ ਘੀਓ, ਹਮਾਰਾ ਖੁਸ਼ੀ ਕਰਨ ਦੀਓ, ਪਨੀਆਂ ਮੈਂ ਤੇਰੀ ਪਨਾਹ ਮੰਗਦਾ, ਸਾਧਨ ਖਿਮਾ ਰੂਪੀ ਵਸਤਰ ਦੇ ਦੇ ਮੈਨੂੰ, ਨੀਕਾ ਇਹੀ ਚੰਗਾ ਵਸਤਰ ਹੈ ਪਰਲੋਕ ਜਾਊਗਾ ਮੇਰੇ ਨਾਲ, ਦੁਨੀਆ ਸ਼ਾਦ ਨੀਕਾ ਅਨਾਜ ਅਨ ਆਜ। ਅੱਜ ਮੈਂ ਇੱਕ ਹੋਰ ਗੱਲ ਮੰਗਦਾ ਹਾਂ ਕਿ ਸੱਤ ਦਾ ਸਿੱਕਾ ਚੱਲੇ, ਗਾਓ ਮੈਂ ਗਾਉਣਾ ਚਾਹੁੰਦਾ ਤੇਰਾ ਜਸ, ਪਰ ਭੈ ਦੇ ਸਹਿਤ ਹੋ ਕੇ, ਮੱਝ ਨਹੀਂ ਗਊ ਭੈਸ ਮਾਂਗੋ ਲਵੇਰੀ, ਇੱਕ ਲਿਵ ਲਾਉਣ ਵਾਸਤੇ ਇੱਕ ਹੋਰ ਵੀ ਕੁਛ ਮੰਗਦਾ ਹੈ, ਇੱਕ ਤਾਜਨ ਤੁਰੀ ਚੰਗੇਰੀ, ਤੁਰੀਆ ਪਦ ਰੂਪੀ ਘੋੜੀ ਚਾਹੀਦੀ ਹੈ ਮੈਨੂੰ, ਬਾਹਰ ਦੀ ਘੋੜੀ ਕੀ ਸਿਰ ਮਾਰ ਰਹੀ ਹੈ, ਮੈਂ ਕੀ ਕਰਨੀ ਹੈ। ਏਕਤਾ, ਇੱਕ ਉਹ ਬਿਰਤੀ ਦੇ ਦੇ ਮੈਨੂੰ, ਮੈਂ ਸਾਰਿਆਂ ਦੇ ਵਿੱਚ ਤੈਨੂੰ ਦੇਖਾਂ, ਇਹਦੇ ਵਿੱਚ ਮੇਰੀ ਲਿਵ ਲੱਗੇਗੀ, ਏਕਤਾ ਰੂਪੀ ਘੋੜੀ ਦੇ ਦੇ ਮੈਨੂੰ, ਦੂਸਰੀ ਨਹੀਂ ਚਾਹੀਦੀ। ਇਹ ਚੰਗੇਰੀ ਚੰਗੀ ਹੈ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗਹਿਣ ਚੰਗੀ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਰਹਿਣ ਦੀ, ਆਤਮ ਵਿਸ਼ੈਣੀ ਬੁੱਧ ਵਿਵੇਕ ਬੁੱਧ ਇਹ ਮੇਰੇ ਘਰ ਵਾਲੀ ਹੈ, ਤੇ ਕੁਮੱਤੀ ਨਾ ਦੇਈ ਮੈਨੂੰ, ਸੁਮੱਤੀ ਚਾਹੀਦੀ ਹੈ। ਘਰ ਕੀ ਗਹਿਣ ਚੰਗੀ ਜਨ ਧੰਨਾ ਲੇਵੈ ਮੰਗੀ, ਮੈਨੂੰ ਆਹ ਕੁਛ ਚਾਹੀਦਾ ਮੇਰਿਆ ਰੱਬਾ। ਤੇ ਪਰਮਾਤਮਾ ਨੇ ਫਿਰ ਹਲ ਵੀ ਹੱਕਿਆ, ਖੂਹ ਵੀ ਹੱਕਿਆ, ਤੇ ਅਖੀਰ ਨੂੰ ਕਹਿੰਦੇ ਧੰਨਿਆ ਤੂੰ ਮੈਨੂੰ ਬਹੁਤ ਪਿਆਰਾ। ਤੇ ਜਿੱਦਣ ਗੱਡਾ ਜੋੜ ਕੇ ਸਾਰੇ ਟੱਬਰ ਨੂੰ ਬਿਠਾਇਆ, ਸਾਰਾ ਪਿੰਡ ਦੇਖਦਾ ਸੀ, ਅੱਜ ਵੀ ਪਿੰਡ ਜਾ ਕੇ ਪੁੱਛੋ ਵੀ ਤੁਹਾਨੂੰ ਧੂਆਂ ਕਲਾਂ ਕਿਉਂ ਕਹਿੰਦੇ ਨੇ, ਕਹਿੰਦੇ ਜੀ ਭਗਤ ਧੰਨੇ ਨੇ ਸਾਰੇ ਟੱਬਰ ਗੱਡੇ ਦੇ ਵਿੱਚ ਬਹਾ ਕੇ, ਸਮੇਰ ਬਲਦਾਂ ਦੇ ਸਮੇਰਤ ਗੱਡੇ ਦੇ, ਕਹਿੰਦੇ ਇਹੀ ਜੀ ਕਲਾ ਵਰਤਾਈ, ਕਹਿੰਦੇ ਉਹ ਸਾਰਾ ਕੁਛ ਆਕਾਸ਼ ਨੂੰ ਜਿਵੇਂ ਵਿਮਾਨ ਜਾਂਦਾ ਹਵਾਈ ਜਹਾਜ਼ ਜਾਂਦਾ, ਉਹ ਆਕਾਸ਼ ਨੂੰ ਉੱਡਾ ਦਿਖਿਆ, ਤੇ ਅੱਗੇ ਜਾ ਕੇ ਧੂਆਂ ਹੀ ਧੂਆਂ ਹੋ ਗਿਆ, ਉਸ ਇਸ ਕਰਕੇ ਇਸਨੂੰ ਪਿੰਡ ਨੂੰ ਫਿਰ ਧੂਆਂ ਕਲਾ ਹੀ ਕਹਿਣ ਲੱਗ ਪਏ। ਇਹ ਸਾਸ ਜੀ ਧੰਨੇ ਭਗਤ ਦੀ ਕਥਾ ਜਾਣਨੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਇੱਥੇ ਸਮਾਪਤੀ ਹੈ ਜੀ। ਤੇ ਗੁਰੂ ਕਿਰਪਾ ਕਰੇ ਅੱਗੇ ਸਾਸ ਜੀ ਜੈਸਾ ਲੜੀਵਾਰ ਕਥਾ ਚੱਲਣਾ। ਪਿਛਲੀ ਤੋਂ ਬੇਵਸ ਹੋਇ ਬਿਛੜਿਓ ਗੁਰ ਤੇ, ਅਸ਼ਟਾਂਗ ਕਰੇ ਮੁਖ ਰਜ ਲਾਈ, ਨੀਰ ਬਲੋਚਨ ਪੂਰਬ ਮੋਚਿਤ, ਸੋਚਤ ਪ੍ਰੇਮ ਮਹਾ ਉਮਗਾਈ। ਗੋਬਿੰਦ ਹੇ ਗੋਪਾਲ
ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ